हेलो फ्रेंड्स, वेलकम टू यर यूट्यूब चैनल इंग्लिश फैमिली 87। सो अपनी अज्ज दी इस वीडियो दे विच आपां गल करांगे इंग्लिश ग्रामर इन यूज़ बाय रेमंड मर्फी। यूनिट नंबर आपां करांगे 88। यूनिट नूं शुरू करन तों पहलां एक चीज़ मैं होर सारे बच्चों की जिहड़ी कन्फ्यूजन है वह मैं दूर कर देवां, क्योंकि बच्चे ने जो सिलेबस देखते हैं यूनिवर्सिटी की साइट पर उत्थे वो देखते हैं कि अपनी ग्रामर है जिहड़ी चेंज हो गई, मतलब कि फिफ्थ एडिशन हो गई। पहला फोर्थ एडिशन सी, हुण फिफ्थ। मैं तुहानू सब नूं दस देना चाहुंदा कि सिर्फ एडिशन चेंज होया। जो एडिशन चेंज होंदा ना, एडिशन दे विच यूनिट दे रूल्स या फिर जिहड़ी अपने टॉपिक होंदे ने वह चेंज नहीं होंदे। एडिशन दे विच सिर्फ की चेंज होंदा, जो आपां उन्हां दी एक्सरसाइज करदे आं उन्हां दे विच जिहड़े सेंटेंस होंदे ने वह चेंज होंदे ने। सेंटेंस चेंज हो जाता है, सेंटेंस दे विच कोई नाम यूज किया वह नाम चेंज हो जाते हैं, अदरवाइज सेम ही होंदा। रूल्स टॉपिक सारे सेम होंदे ने। तुसीं जेकर फोर्थ एडिशन पुरानी वाली भी रख लैंदे हो ਤਾਂ ਵੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ, ਤੁਸੀਂ ਗ੍ਰੈਮਰ ਈਜ਼ਲੀ ਉਸ ਤੋਂ ਵੀ ਕਰ ਸਕੋਗੇ। ਠੀਕ ਹੈ, ਤਾਂ ਕਰਕੇ ਜ਼ਿਆਦਾ ਘਬਰਾਉਣ ਦੀ ਜ਼ਰੂਰਤ ਨਹੀਂ। ਜਿਸਨੇ ਫਿਫਥ ਐਡੀਸ਼ਨ ਲੈ ਕੇ ਆਉਣੀ ਹੈ ਤਾਂ ਉਹ ਫਿਫਥ ਐਡੀਸ਼ਨ ਲੈ ਆਓ, ਆਪਾਂ ਉਹ ਵੀ ਕਰਵਾ ਦੇਵਾਂਗੇ। ਠੀਕ ਹੈ, ਫਿਲਹਾਲ ਦੇਖੋ ਇਸ 88 ਯੂਨਿਟ ਦੇ ਵਿੱਚ ਆਪਾਂ ਨੇ ਕੀ ਕਰਨਾ ਹੈ, ਆਲ, ਆਲ ਆਫ, ਮੋਸਟ, ਮੋਸਟ ਆਫ, ਮਤਲਬ ਜਿੰਨੇ ਵੀ ਵਰਡ ਨੇ ਨੀਚੇ ਆਪਾਂ ਨੂੰ ਹੋਰ ਆਪਾਂ ਪੜ੍ਹਾਂਗੇ। ਜਿਸ ਤਰ੍ਹਾਂ ਆਲ ਹੈ, ਇੱਕ ਸੈਂਟੈਂਸ ਦੇ ਵਿੱਚ ਆਪਾਂ ਇਕੱਲਾ ਆਲ ਹੈ ਜਿਹੜਾ ਕਦੋਂ ਯੂਜ਼ ਕਰਦੇ ਹਾਂ, ਆਲ ਦੇ ਨਾਲ ਆਫ ਦਾ ਯੂਜ਼ ਆਪਾਂ ਕਦੋਂ ਕਰਦੇ ਹਾਂ, ਇਸੇ ਤਰ੍ਹਾਂ ਇਕੱਲਾ ਮੋਸਟ ਯੂਜ਼ ਕਦੋਂ ਕਰਦੇ ਹਾਂ, ਮੋਸਟ ਦੇ ਨਾਲ ਆਫ ਦਾ ਯੂਜ਼ ਕਦੋਂ ਕਰਦੇ ਹਾਂ, ਇਸੇ ਤਰ੍ਹਾਂ ਸਾਰੇ। ਠੀਕ ਹੈ, ਉਹਨਾਂ ਦਾ ਆਪਾਂ ਯੂਜ਼ ਕਿਸ ਤਰ੍ਹਾਂ ਕਰਨਾ ਉਹ ਦੇਖਾਂਗੇ। ਸਭ ਤੋਂ ਪਹਿਲਾਂ ਇਹ ਦੇਖੋ, ਇਹ ਸੈਕਸ਼ਨ ਕਾਪੀ ਦੇ ਉੱਪਰ ਨੋਟਬੁੱਕ ਦੇ ਉੱਪਰ ਲਿਖਦੇ ਜਾਣਾ। ਠੀਕ ਹੈ, ਬਿਲਕੁਲ ਹੀ ਆਸਾਨ ਹੈ, ਕੋਈ ਐਡੀ ਵੱਡੀ ਗੱਲ ਨਹੀਂ, ਟੋਪਿਕ ਬਿਲਕੁਲ ਆਸਾਨ ਹੈ। ਦੇਖੋ ਆਪਣੇ ਲਵੇ ਕੁਝ ਸ਼ਬਦ ਨੇ, ਆਲ, ਸਮ, ਐਨੀ, ਮੋਸਟ, ਮੱਚ, ਮੈਨੀ। ਮੱਚ ਅਤੇ ਮੈਨੀ ਦਾ ਇੱਕੋ ਮਤਲਬ ਹੁੰਦਾ ਹੈ, ਅਨਕਾਊਂਟੇਬਲ ਲਈ, ਅਕਾਊਂਟੇਬਲ ਲਈ। ਇਸੇ ਤਰ੍ਹਾਂ ਲਿਟਲ ਅਤੇ ਫਿਊ ਹੁੰਦਾ ਨੋ। ਹੁਣ ਇਹ ਜਿਹੜੇ ਸਾਰੇ ਸ਼ਬਦ ਆਪਾਂ ਪੜ੍ਹੇ ਨੇ, ਇਹਨਾਂ ਦਾ ਯੂਜ਼ ਆਪਾਂ ਇੱਕ ਸੈਂਟੈਂਸ ਦੇ ਵਿੱਚ ਕਿਵੇਂ ਕਰਨਾ। ਦੇਖੋ ਸਭ ਤੋਂ ਪਹਿਲਾਂ, ਯੂ ਕੈਨ ਯੂਜ਼ ਦੀਜ਼ ਵਰਡਸ ਇਨ ਬੋਕਸ, ਮਤਲਬ ਇਨ ਬੋਕਸ ਇਹਨਾਂ ਨੂੰ ਕਿਹਾ ਗਿਆ, ਵਿਦ ਅ ਨਾਊਨ। ਇਹ ਜਿਹੜੇ ਸਾਰੇ ਸ਼ਬਦ ਨੇ, ਵਰਡ ਨੇ, ਉੱਪਰ ਆਪਾਂ ਪੜ੍ਹੇ ਨੇ, ਆਲ, ਸਮ, ਐਨੀ, ਮੋਸਟ, ਆਪਾਂ ਇੱਕ ਸੈਂਟੈਂਸ ਦੇ ਵਿੱਚ ਇਹਨਾਂ ਦਾ ਯੂਜ਼ ਵਿਦ ਅ ਨਾਊਨ, ਮਤਲਬ ਕਿ ਇਹਨਾਂ ਤੋਂ ਤੁਰੰਤ ਬਾਅਦ ਆਪਾਂ ਨਾਊਨ ਦਾ ਯੂਜ਼ ਕਰ ਸਕਦੇ ਹਾਂ। ਨਾਮ ਤੁਹਾਨੂੰ ਪਤਾ ਹੀ ਹੈ ਕੀ ਹੁੰਦੇ ਨੇ, ਕਿਸੇ ਵੀ ਚੀਜ਼ ਦਾ ਨਾਮ, ਜਿਸ ਤਰ੍ਹਾਂ ਬੁੱਕ ਹੋ ਗਈ, ਪੈੱਨ ਹੋ ਗਿਆ, ਪੈਨਸਲ ਹੋ ਗਈ, ਕਾਰ ਹੋ ਗਈ, ਹੈ ਨਾ, ਕੋਈ ਵੀ ਚੀਜ਼ ਤੁਹਾਨੂੰ ਪਤਾ ਹੀ ਹੈ, ਹੈ ਨਾ, ਬੋਰਡ ਹੋ ਗਿਆ, ਸਾਰੇ ਇਹ ਨਾਮ ਨੇ। ਤਾਂ ਇਹਨਾਂ ਸ਼ਬਦਾਂ ਤੋਂ ਤੁਰੰਤ ਬਾਅਦ ਆਪਾਂ ਕਿਸੇ ਵੀ ਨਾਮ ਦਾ ਆਪਾਂ ਯੂਜ਼ ਕਰ ਸਕਦੇ ਹਾਂ। ਜਿਸ ਤਰ੍ਹਾਂ ਦੇਖੋ, ਸਮ, ਫੂਡ, ਫਿਊ, ਬੁੱਕਸ, ਜਾਂ ਫਿਰ ਆਲ ਹੈ। ਜਿਸ ਤਰ੍ਹਾਂ ਆਲ ਤੋਂ ਤੁਰੰਤ ਬਾਅਦ ਕੋਈ ਵੀ ਨਾਮ, ਆਲ ਬੁੱਕਸ, ਸਮ ਬੁੱਕਸ, ਐਨੀ ਬੁੱਕ, ਮੋਸਟ ਬੁੱਕਸ, ਜਾਂ ਫਿਰ ਆਲ ਕਾਰਸ, ਸਮ ਕਾਰਸ, ਮਤਲਬ ਕਿਸੇ ਦਾ ਵੀ ਨਾਮ, ਆਲ ਬੱਸਸ, ਹੈ ਨਾ, ਸਮ ਬੱਸਸ, ਮੈਨੀ ਬੱਸਸ, ਫਿਊ ਬੱਸਸ, ਜਾਂ ਫਿਰ ਮੰਨ ਲਓ ਮਿਲਕ ਹੈ, ਮੱਚ ਮਿਲਕ, ਠੀਕ ਹੈ, ਲਿਟਲ ਮਿਲਕ, ਲਿਟਲ ਵਾਟਰ। ਕਹਿਣ ਦਾ ਮਤਲਬ ਕੀ ਹੈ, ਇਹਨਾਂ ਸਾਰੇ ਸ਼ਬਦਾਂ ਤੋਂ ਤੁਰੰਤ ਬਾਅਦ ਆਪਾਂ ਕਿਸੇ ਵੀ ਨਾਮ ਦਾ ਯੂਜ਼ ਕਰ ਸਕਦੇ ਹਾਂ। ਜਿਸ ਤਰ੍ਹਾਂ ਦੇਖੋ, ਆਲ ਕਾਰਸ ਹੈਵ ਵੀਲਸ, ਵੀ ਸਾਰੀਆਂ ਜਿਹੜੀਆਂ ਕਾਰਾਂ ਹੁੰਦੀਆਂ ਨੇ ਉਹਨਾਂ ਦੇ ਵੀਲਸ ਨੇ ਜਿਹੜੇ ਉਹ ਹੁੰਦੇ ਨੇ ਚੱਕੇ, ਹੈ ਨਾ, ਵੀਲਸ ਹੁੰਦੇ ਨੇ। ਦੇਖੋ ਆਲ ਤੋਂ ਬਾਅਦ ਤੁਰੰਤ ਬਾਅਦ ਨਾਮ ਆ ਗਿਆ ਕਾਰਸ। ਇਸੇ ਤਰ੍ਹਾਂ ਸਮ ਕਾਰਸ ਕੈਨ ਗੋ ਫਾਸਟਰ ਦੈਨ ਅਦਰਸ, ਕੁਝ ਕਾਰਾਂ ਦੂਸਰੀਆਂ ਕਾਰਾਂ ਤੋਂ ਜ਼ਿਆਦਾ ਤੇਜ਼ ਚੱਲਦੀਆਂ ਨੇ। ਸਮ ਤੋਂ ਬਾਅਦ ਵੀ ਦੇਖੋ ਤੁਰੰਤ ਬਾਅਦ ਕਾਰ ਆ ਗਿਆ, ਨਾਊਨ ਆ ਗਿਆ। ਦੇਖੋ ਮੈਨੀ ਪੀਪਲ, ਮੈਨੀ ਤੋਂ ਬਾਅਦ ਤੁਰੰਤ ਬਾਅਦ ਪੀਪਲ, ਨਾਊਨ ਆ ਗਿਆ। ਮੈਨੀ ਪੀਪਲ ਡਰਾਈਵ ਟੂ ਫਾਸਟ, ਜਿਹੜੇ ਬਹੁਤ ਸਾਰੇ ਲੋਕ ਨੇ ਉਹ ਬਹੁਤ ਜ਼ਿਆਦਾ ਤੇਜ਼ ਚਲਾਉਂਦੇ ਨੇ। ਠੀਕ ਹੈ, ਤਾਂ ਇਹ ਗੱਲ ਤੁਹਾਡੀ ਸਮਝ ਆ ਗਈ, ਬਿਲਕੁਲ ਈਜ਼ੀ ਹੈ, ਹੈ ਨਾ। ਹੁਣ ਅਗਲਾ ਪੁਆਇੰਟ ਪੜ੍ਹੋ, ਯੂ ਕੈਨ ਨੋਟ ਸੇ ਆਲ ਆਫ ਕਾਰਸ। ਹੁਣ ਦੇਖੋ ਆਪਾਂ ਆਲ ਕਾਰਸ ਕਹਿ ਸਕਦੇ ਹਾਂ,
ਆਲ ਆਫ ਕਾਰਜ਼ ਨਹੀਂ ਕਹਿ ਸਕਦੇ, ਮਤਲਬ ਕਿ ਆਲ ਤੋਂ ਬਾਅਦ ਆਫ, ਇਹਨਾਂ ਸਾਰਿਆਂ ਤੋਂ ਹੀ ਬਾਅਦ, ਇਕੱਲੇ ਆਲ ਦੀ ਗੱਲ ਨਹੀਂ ਹੋ ਰਹੀ, ਜਿੰਨੇ ਵੀ ਸ਼ਬਦ ਨੇ ਆਲ, ਸਮ, ਐਨੀ, ਮੋਸਟ, ਮੱਚ, ਮੈਨੀ, ਇਹਨਾਂ ਸਾਰਿਆਂ ਤੋਂ ਬਾਅਦ ਆਪਾਂ ਤੁਰੰਤ ਬਾਅਦ ਆਫ ਲਗਾ ਕੇ, ਉਸ ਤੋਂ ਬਾਅਦ ਤੁਰੰਤ ਬਾਅਦ ਆਪਾਂ ਕੋਈ ਵੀ ਨਾਮ ਹੈ, ਨਾਊਨ ਹੈ ਜਿਹੜਾ, ਉਹ ਯੂਜ਼ ਨਹੀਂ ਕਰ ਸਕਦੇ। ਜਿਸ ਤਰ੍ਹਾਂ ਆਲ ਆ ਗਿਆ, ਆਲ ਦੇ ਨਾਲ ਕਾਰਜ਼ ਤਾਂ ਲੱਗ ਸਕਦਾ, ਇਹਨਾਂ ਤੋਂ ਤੁਰੰਤ ਬਾਅਦ ਕੋਈ ਵੀ ਨਾਮ ਤੁਰੰਤ ਬਾਅਦ ਆ ਸਕਦਾ, ਬਟ ਇਹਨਾਂ ਤੋਂ ਬਾਅਦ ਆਫ ਲਗਾ ਕੇ ਉਸ ਤੋਂ ਬਾਅਦ ਤੁਰੰਤ ਬਾਅਦ ਕੋਈ ਵੀ ਨਾਮ ਨਹੀਂ ਆ ਸਕਦਾ। ਆਲ ਕਾਰਜ਼ ਠੀਕ ਹੈ, ਆਲ ਆਫ ਕਾਰਜ਼ ਗਲਤ ਹੈ, ਸਮ ਕਾਰਜ਼ ਠੀਕ ਹੈ, ਸਮ ਆਫ ਕਾਰਜ਼ ਗਲਤ ਹੈ, ਇਸ ਤਰ੍ਹਾਂ ਮੈਨੀ ਪੀਪਲ ਠੀਕ ਹੈ, ਮੈਨੀ ਆਫ ਪੀਪਲ ਗਲਤ ਹੈ। ਤਾਂ ਫਿਰ ਆਫ ਇਹਨਾਂ ਦੇ ਨਾਲ ਕਿਵੇਂ ਲੱਗੇਗਾ, ਉਹ ਆਪਾਂ ਅੱਗੇ ਅੱਗੇ ਪੜ੍ਹਦੇ ਜਾਵਾਂਗੇ। ਹੁਣ ਅਗਲੀ ਚੀਜ਼ ਦੇਖੋ, ਇੱਥੇ ਨੋਟ ਲਿਖਿਆ, ਨੋਟ, ਇੱਥੇ ਇੱਕ ਚੀਜ਼ ਹੈ ਯਾਦ ਰੱਖਣੀ, ਥੋੜ੍ਹੀ ਜਿਹੀ ਨੋਟ ਕੀ ਹੈ, ਇੱਕ ਛੋਟੀ ਜਿਹੀ ਗੱਲ ਹੈ ਯਾਦ ਰੱਖਣੀ ਹੈ, ਵੀ ਸੇ ਮੋਸਟ, ਇਸ ਤਰ੍ਹਾਂ ਦੇ ਜਿਹੜੇ ਰੂਲਸ ਨੇ ਜਿਹੜੇ ਆਪਾਂ, ਆਹ ਯੂਨਿਟ ਸਪੈਸ਼ਲੀ ਤੁਸੀਂ ਬਸ ਇਹ ਯੂਨਿਟ ਯਾਦ ਰੱਖਣੀ ਹੈ, ਇਸ ਯੂਨਿਟ ਦੇ ਵਿੱਚ ਵੀ ਸੇ ਮੋਸਟ, ਅਸੀਂ ਮੋਸਟ ਕਹਾਂਗੇ, ਦ ਮੋਸਟ ਨਹੀਂ ਕਹਾਂਗੇ। ਵੈਸੇ ਆਪਾਂ ਮੋਸਟ ਦੇ ਨਾਲ ਦਾ ਯੂਜ਼ ਕਰਦੇ ਹਾਂ ਨਾ ਬਹੁਤ ਸਾਰੇ ਸੈਂਟੈਂਸਿਸ ਦੇ ਵਿੱਚ, ਪਰ ਤੁਸੀਂ ਇਸ ਯੂਨਿਟ ਦੇ ਲਈ, ਇਹ ਰੂਲਸ ਦੇ ਲਈ ਸਿਰਫ ਇੱਥੇ ਮੋਸਟ ਯਾਦ ਰੱਖਣਾ, ਦ ਮੋਸਟ ਤੁਸੀਂ ਨਹੀਂ ਕਹਿਣਾ। ਜਿਸ ਤਰ੍ਹਾਂ ਦੇਖੋ, ਮੋਸਟ ਡੇਜ਼ ਆਈ ਗੈਟ ਅਪ ਬਿਫੋਰ 7 o'clock, ਵੀ ਜ਼ਿਆਦਾਤਰ ਦਿਨ ਮੈਂ 7 o'clock ਤੋਂ ਪਹਿਲਾਂ ਉੱਠ ਜਾਂਦਾ। ਦੇਖੋ ਮੋਸਟ ਡੇਜ਼, ਦ ਮੋਸਟ ਡੇਜ਼ ਨਹੀਂ ਕਹਿਣਾ, ਆਪਾਂ ਇਹ ਨਹੀਂ ਸ਼ੁਰੂ ਕਰਾਂਗੇ, ਦ ਮੋਸਟ ਡੇਜ਼, ਠੀਕ ਹੈ, ਮੋਸਟ ਡੇਜ਼ ਇਕੱਲਾ ਇਹ। ਚਲੋ ਬਾਕੀ ਇਹ ਤਾਂ ਹੋ ਗਿਆ, ਇਹ ਹੋ ਗਿਆ ਏ ਪਾਰਟ। ਏ ਪਾਰਟ ਦੇ ਵਿੱਚ ਤੁਹਾਨੂੰ ਪਤਾ ਲੱਗ ਗਿਆ, ਇਹਨਾਂ ਸਾਰੇ ਸ਼ਬਦਾਂ ਤੋਂ ਤੁਰੰਤ ਬਾਅਦ ਆਪਾਂ ਕਿਸੇ ਵੀ ਨਾਮ ਦਾ ਯੂਜ਼ ਕਰ ਸਕਦੇ ਹਾਂ, ਉਹਨਾਂ ਦੇ ਵਿਚਾਰੇ ਆਪਾਂ ਆਫ ਦਾ ਯੂਜ਼ ਨਹੀਂ ਕਰ ਸਕਦੇ। ਆਪਾਂ ਆਲ ਕਾਰਜ਼ ਕਹਾਂਗੇ, ਆਲ ਆਫ ਕਾਰਜ਼ ਨਹੀਂ ਕਹਾਂਗੇ। ਹੁਣ ਅੱਗੇ ਆਪਾਂ ਬੀ ਦੇ ਵਿੱਚ ਇਹ ਸਿੱਖਦੇ ਹਾਂ, ਤਾਂ ਫਿਰ ਇਹਨਾਂ ਦੇ ਨਾਲ ਆਪਾਂ ਆਫ ਦਾ ਯੂਜ਼ ਕਿਵੇਂ ਕਰ ਸਕਦੇ ਹਾਂ। ਤਾਂ ਦੇਖੋ ਆਫ ਦਾ ਯੂਜ਼ ਕਿਵੇਂ ਕਰ ਸਕਦੇ ਹਾਂ, ਇਹ ਸਾਰੇ ਆਪਣੇ ਆ ਗਏ, ਆਲ, ਸਮ, ਐਨੀ, ਮੋਸਟ ਸਾਰੇ ਉੱਪਰ ਆ ਗਏ, ਮੱਚ, ਮੈਨੀ, ਲਿਟਲ, ਫਿਊ, ਹਾਫ, ਨਨ, ਠੀਕ ਹੈ, ਇਹ ਸਾਰੇ ਉੱਪਰ ਵਾਲੇ ਆ ਗਏ, ਠੀਕ ਹੈ। ਹੁਣ ਇਹਨਾਂ ਦੇ ਨਾਲ ਆਪਾਂ ਆਫ ਦਾ ਯੂਜ਼ ਕਦੋਂ ਕਰਦੇ ਹਾਂ, ਦੇਖੋ, ਯੂ ਕੈਨ ਯੂਜ਼ ਦੀਜ਼ ਵਰਡਸ ਵਿਦ ਆਫ, ਇਹਨਾਂ ਸ਼ਬਦਾਂ ਦਾ ਯੂਜ਼ ਤੁਸੀਂ ਆਫ ਦੇ ਨਾਲ ਕਰ ਸਕਦੇ ਹੋ। ਕਦੋਂ? ਜਿਸ ਤਰ੍ਹਾਂ ਸਮ ਆਫ, ਮੋਸਟ ਆਫ, ਮਤਲਬ ਇਹਨਾਂ ਦੇ ਨਾਲ ਆਫ ਦਾ ਯੂਜ਼ ਆਪਾਂ ਕਰ ਸਕਦੇ ਹਾਂ, ਆਲ ਆਫ, ਨਨ ਆਫ, ਇਸ ਤਰ੍ਹਾਂ। ਬਟ ਕਦੋਂ ਕਰ ਸਕਦੇ ਹਾਂ, ਕਿਸ ਤਰ੍ਹਾਂ ਕਰ ਸਕਦੇ ਹਾਂ, ਤਾਂ ਉਹਦੇ ਲਈ ਦੇਖੋ ਇਸ ਤਰ੍ਹਾਂ ਕਰ ਸਕਦੇ ਹਾਂ, ਵੀ ਸੇ ਸਮ ਆਫ, ਮੋਸਟ ਆਫ, ਨਨ ਆਫ, ਆਲ ਆਫ, ਐਨੀ ਆਫ, ਮਤਲਬ ਸਾਰੇ ਜਿੰਨੇ ਵੀ ਇਹ ਸਾਰੇ ਨੇ, ਹਨ, ਇਹ ਸਾਰੇ ਨੇ, ਇਹਨਾਂ ਨੂੰ ਆਪਾਂ ਆਫ ਦਾ ਯੂਜ਼ ਕਰ ਸਕਦੇ ਹਾਂ। ਬਟ ਉਸ ਤੋਂ ਬਾਅਦ ਪਲੱਸ, ਉਸ ਤੋਂ ਬਾਅਦ ਪਲੱਸ ਆਪਾਂ ਡਾਇਰੈਕਟ ਕਿਸੇ ਨਾਮ, ਕਿਸੇ ਨਾਊਨ ਦਾ ਯੂਜ਼ ਨਹੀਂ ਕਰਾਂਗੇ, ਉਸ ਤੋਂ ਬਾਅਦ ਆਪਾਂ ਪਹਿਲਾਂ ਇਹ ਯੂਜ਼ ਕਰਾਂਗੇ, ਦ, ਦਿਸ, ਦੈਟ, ਦੀਜ, ਦੋਜ਼, ਜਾਂ ਫਿਰ ਮਾਈ, ਯੋਰ, ਹਿਜ਼, ਹਰ, ਤਾਂ ਇਹਨਾਂ ਦਾ ਯੂਜ਼ ਕਰਾਂਗੇ ਪਹਿਲਾਂ, ਉਸ ਤੋਂ ਬਾਅਦ ਫਿਰ ਕੋਈ ਨਾਮ ਆਊਗਾ, ਸਮਝ ਗਏ ਨਾ, ਉਸ ਤੋਂ ਬਾਅਦ ਫਿਰ ਕੋਈ ਨਾਮ ਆਊਗਾ। ਜਿਸ ਤਰ੍ਹਾਂ ਦੇਖੋ, ਇਗਜ਼ਾਮਪਲ ਹੈ, ਸੋ ਯੂ ਕੈਨ ਸੇ, ਦੇਖੋ, ਸਮ ਆਫ ਦ ਪੀਪਲ, ਦੇਖੋ ਸਮ ਆ ਗਿਆ, ਆਫ ਆ ਗਿਆ, ਸਮ ਆਫ, ਸਮ ਦੇ ਨਾਲ ਆਫ ਲੱਗ ਗਿਆ, ਉਸ ਤੋਂ ਬਾਅਦ ਪੀਪਲ ਨਾਮ ਹੈ, ਤਾਂ ਤੁਰੰਤ ਬਾਅਦ ਆਪਾਂ ਇਹ ਨਹੀਂ ਕਹਾਂਗੇ ਸਮ ਆਫ ਪੀਪਲ ਨਹੀਂ ਕਹਾਂਗੇ, ਸਮ ਆਫ ਦ ਪੀਪਲ, ਜਾਂ ਫਿਰ ਸਮ ਆਫ ਦੋਜ਼ ਪੀਪਲ, ਜਾਂ ਫਿਰ ਸਮ ਆਫ ਦੀਜ਼ ਪੀਪਲ, ਮਤਲਬ ਕਿ ਇਹਨਾਂ ਦੇ ਵਿੱਚੋਂ ਕੁਝ ਨਾ ਕੁਝ ਲਗਾਉਣਾ ਪਊਗਾ। ਪਹਿਲਾਂ ਆਫ ਦਾ ਯੂਜ਼ ਕਰਾਂਗੇ ਇਹਨਾਂ ਦੇ ਨਾਲ ਆਪਾਂ, ਉਸ ਤੋਂ ਬਾਅਦ ਇਹਨਾਂ 'ਚੋਂ ਕੁਝ ਲਗਾਉਣਾ ਪਊ, ਫਿਰ ਅੱਗੇ ਨਾਮ ਆਊ, ਸਮ ਆਫ ਦਾ ਪੀਪਲ, ਸਮ ਆਫ ਦੋਜ਼ ਪੀਪਲ, ਠੀਕ ਹੈ, ਸਮ ਆਫ ਪੀਪਲ ਗਲਤ ਹੈ। ਇਸੇ ਤਰ੍ਹਾਂ ਮੋਸਟ ਆਫ ਮਾਈ ਟਾਈਮ, ਦੇਖੋ ਮੋਸਟ ਆਫ ਮਾਈ ਟਾਈਮ, ਆਪਾਂ ਸਿੱਧੀ ਇਹ ਨਹੀਂ ਕਹਾਂਗੇ ਮੋਸਟ ਆਫ ਟਾਈਮ, ਮੋਸਟ ਆਫ ਟਾਈਮ ਨਹੀਂ, ਮੋਸਟ ਆਫ ਮਾਈ ਟਾਈਮ, ਜਾਂ ਫਿਰ ਮੋਸਟ ਟਾਈਮ ਕਹਾਂਗੇ ਇਕੱਲਾ,
ਉੱਪਰ ਆਪਾਂ ਪੜ੍ਹ ਕੇ ਆਏ ਹਾਂ, ਜਾਂ ਫਿਰ ਸਿੱਧਾ ਹੀ ਇਹਨਾਂ ਤੋਂ ਬਾਅਦ ਸਿੱਧਾ ਹੀ ਡਾਇਰੈਕਟ ਨਾਉਨ ਆਊ, ਜੇਕਰ ਔਫ ਲਗਾਵਾਂਗੇ ਫਿਰ ਵਿਚਾਲੇ ਇਹਨਾਂ ਦਾ ਯੂਜ਼ ਆਪਾਂ ਕਰਾਂਗੇ, ਠੀਕ ਹੈ। ਮੋਸਟ ਆਫ ਮਾਈ ਟਾਈਮ, ਮੋਸਟ ਆਫ ਦ ਟਾਈਮ, ਇਸ ਤਰ੍ਹਾਂ। ਆਈ ਹੋਪ ਕਿ ਇਹ ਚੀਜ਼ ਤੁਸੀਂ ਸਮਝ ਗਏ। ਦੇਖੋ ਇਗਜ਼ਾਮਪਲ, ਹੈਵ ਯੂ ਰੀਡ ਐਨੀ ਆਫ ਦੀਜ ਬੁੱਕਸ। ਦੇਖੋ ਹੈਵ ਯੂ ਰੀਡ, ਕੀ ਤੁਸੀਂ ਨੇ ਇਹਨਾਂ ਕਿਤਾਬਾਂ ਵਿੱਚੋਂ ਕੋਈ ਕਿਤਾਬ ਪੜ੍ਹੀ ਹੈ, ਇਹ ਕਹਿਣਾ ਚਾਹੁੰਦਾ। ਤਾਂ ਇਹ ਕਹਿ ਰਿਹਾ ਹੈਵ ਯੂ ਰੀਡ ਐਨੀ, ਇਹ ਐਨੀ ਆ ਗਿਆ, ਐਨੀ ਤੋਂ ਬਾਅਦ ਐਨੀ ਆਫ ਦੀਜ, ਆਫ ਦੀਜ ਬੁੱਕਸ। ਦੇਖੋ ਐਨੀ ਦੇ ਨਾਲ ਆਫ ਲਗਾਇਆ, ਉਸ ਤੋਂ ਬਾਅਦ ਨਾਲ ਦੀਜ ਆਇਆ। ਆਪਾਂ ਸਿੱਧਾ ਇਹ ਨਹੀਂ ਕਹਾਂਗੇ ਹੈਵ ਯੂ ਰੀਡ ਐਨੀ ਆਫ ਬੁੱਕਸ, ਐਨੀ ਆਫ ਬੁੱਕਸ ਨਹੀਂ, ਐਨੀ ਆਫ ਦੀਜ ਬੁੱਕਸ, ਐਨੀ ਆਫ ਦੋਜ ਬੁੱਕਸ, ਐਨੀ ਆਫ ਮਾਈ ਬੁੱਕਸ, ਇਹ ਕਹਿ ਸਕਦੇ ਹਾਂ, ਠੀਕ ਹੈ। ਜੇਕਰ ਆਫ ਤੇ ਦੀਜ਼ ਤਾਂ ਸਿੱਧੀ ਐਨੀ ਬੁੱਕਸ ਆਏਗਾ, ਜਾਂ ਫਿਰ ਆਫ ਤੇ ਦੀਜ਼ ਦੋਏ ਕੱਟੇ ਜਾਣਗੇ, ਜਾਂ ਫਿਰ ਹੈਵ ਯੂ ਰੀਡ ਐਨੀ ਬੁੱਕਸ, ਜਾਂ ਫਿਰ ਇਸ ਤਰ੍ਹਾਂ ਆਏਗਾ। ਆਈ ਹੋਪ ਕਿ ਸਮਝ ਗਏ। ਦੇਖੋ ਆਈ ਵਾਜ ਸਿਕ ਯੈਸਟਰਡੇ, ਮੈਂ ਕੱਲ੍ਹ ਬਿਮਾਰ ਸੀ। ਆਈ ਸਪੈਂਡ ਮੋਸਟ, ਦੇਖੋ ਮੋਸਟ ਆ ਗਿਆ, ਆਈ ਸਪੈਂਡ ਮੋਸਟ ਆਫ ਦ ਡੇ ਇਨ ਬੈੱਡ, ਵੀ ਜ਼ਿਆਦਾਤਰ ਮੈਂ ਬੈੱਡ ਦੇ ਉੱਪਰ ਹੀ ਸੀਗਾ। ਮੋਸਟ ਦੇ ਨਾਲ ਜਿਹੜਾ ਨਾਮ ਹੈ ਉਹ ਹੈ ਡੇ, ਜਾਂ ਤਾਂ ਫਿਰ ਡਾਇਰੈਕਟ ਮੋਸਟ ਦੇ ਨਾਲ ਡੇ ਆਏਗਾ, ਮੋਸਟ ਡੇ, ਜਾਂ ਜੇ ਆਫ ਲਗਾਉਣਾ ਤਾਂ ਉਸ ਤੋਂ ਬਾਅਦ ਦ ਆਏਗਾ, ਮੋਸਟ ਆਫ ਦਾ ਡੇ, ਮੋਸਟ ਆਫ ਡੇ ਨਹੀਂ ਆਏਗਾ। ਆਈ ਹੋਪ ਕਿ ਇੰਨਾ ਤਾਂ ਬਹੁਤ ਹੈ ਜਿੰਨਾ ਮੈਂ ਤੁਹਾਨੂੰ ਸਮਝਾ ਤਾ, ਇੰਨਾ ਤਾਂ ਮੈਂ ਤੁਹਾਨੂੰ ਕਾਫੀ ਡਿਟੇਲ ਦੇ ਵਿੱਚ ਸਮਝਾ ਗਿਆ। ਆਈ ਹੋਪ ਕਿ ਤੁਹਾਡੇ ਸਮਝ ਆ ਗਿਆ ਕਿ ਕੀ ਚੱਕਰ ਹੈ, ਠੀਕ ਹੈ, ਕਦੋਂ ਆਫ ਦਾ ਯੂਜ਼ ਕਰਨਾ। ਹੁਣ ਇੱਕ ਚੀਜ਼ ਇੱਥੇ ਨੋਟ, ਥੋੜ੍ਹੀ ਜਿਹੀ ਨੋਟ ਕਰਨੀ ਹੈ ਤੁਸੀਂ ਨੇ, ਬਿਲਕੁਲ ਸਿੰਪਲ ਜਿਹੀ ਗੱਲਬਾਤ ਹੈ। ਕੀ ਨੋਟ ਕਰਨਾ? ਯੂ ਡੋਂਟ ਨੀਡ ਆਫ ਆਫਟਰ ਆਲ ਐਂਡ ਹਾਫ, ਦੋ ਸ਼ਬਦ ਨੇ ਸਿਰਫ ਯਾਦ ਰੱਖਣੇ ਨੇ, ਆਲ ਅਤੇ ਹਾਫ, ਇਹਨਾਂ ਦੇ ਨਾਲ ਤੁਹਾਨੂੰ ਜੇਕਰ ਤੁਸੀਂ ਆਫ ਨਹੀਂ ਵੀ ਲਗਾਓਗੇ ਤਾਂ ਕੰਮ ਚੱਲ ਜਾਏਗਾ, ਜੇਕਰ ਨਹੀਂ ਵੀ ਲਗਾਓਗੇ ਤਾਂ ਕੰਮ ਚੱਲ ਜਾਏਗਾ। ਦੇਖੋ ਹੁਣ ਆਲ ਅਤੇ ਹਾਫ ਦੇ ਨਾਲ ਕੀ ਚੱਕਰ ਹੈ, ਜਾਂ ਤਾਂ ਇਹਨਾਂ ਦੇ ਨਾਲ ਡਾਇਰੈਕਟ ਨਾਊਨ ਆਏਗਾ, ਜਿਸ ਤਰ੍ਹਾਂ ਉੱਪਰ ਕਰਿਆ ਹੈ ਵੀ ਆਲ ਕਾਰਸ, ਠੀਕ ਹੈ, ਹਾਫ ਕੇਕ, ਕੁਛ ਵੀ ਹੈ ਨਾ, ਹਾਫ ਕੇਕ, ਹਾਫ ਬ੍ਰੈਡ, ਜਾਂ ਫਿਰ ਆਲ ਕਾਰਸ, ਆਲ ਬੁੱਕਸ, ਜਾਂ ਤਾਂ ਫਿਰ ਆਲ ਤੋਂ ਬਾਅਦ, ਹਾਫ ਤੋਂ ਬਾਅਦ ਡਾਇਰੈਕਟ ਨਾਊਨ ਆਏਗਾ। ਜੇਕਰ ਆਹ ਵਾਲਾ ਕੰਸੈਪਟ ਹੈ ਤਾਂ ਫਿਰ ਆਏਗਾ ਆਲ ਆਫ ਦ ਕਾਰਸ, ਆਲ ਆਫ ਦ ਕਾਰਸ, ਮਤਲਬ ਇਸ ਤਰ੍ਹਾਂ, ਜਾਂ ਹਾਫ ਆਫ ਦ ਬ੍ਰੈਡ। ਜੇਕਰ ਇਹਨਾਂ ਦੋਵਾਂ ਦੇ ਨਾਲ ਆਪਾਂ ਆਫ ਕੱਟ ਵੀ ਦੇਵਾਂਗੇ ਤਾਂ ਵੀ ਕੰਮ ਚੱਲ ਜੂ, ਇਸ ਤਰ੍ਹਾਂ ਆਲ ਦ ਕਾਰਸ ਵੀ ਚੱਲ ਜੂ ਇਕੱਲਾ, ਆਲ ਦ ਕਾਰਸ, ਠੀਕ ਹੈ, ਹਾਫ ਦ, ਹਾਫ ਦਿਸ ਬ੍ਰੈਡ, ਹਾਫ ਦਿਸ ਕੇਕ, ਮਤਲਬ ਕਿ ਹਾਫ ਆਫ ਦਿਸ ਕੇਕ ਵੀ ਠੀਕ ਹੈ। ਮੈਂ ਸਿਰਫ ਦੇਖੋ ਬੋਲ ਰਿਹਾ, ਤੁਸੀਂ ਨੇ ਆਪਣੀ ਨੋਟਬੁੱਕ 'ਤੇ ਨੋਟ ਕਰਦੇ ਜਾਣਾ, ਮੈਂ ਤੁਹਾਨੂੰ ਇਹ ਕਿਹਾ, ਬਾਕੀ ਤਾਂ ਆ ਇੱਥੇ ਤੱਕ ਦਾ ਰੂਲਸ ਜਿੰਨਾ ਤੁਹਾਡੇ ਸਮਝ ਆ ਗਿਆ ਸੀ ਉਹ ਤਾਂ ਰੱਖੋ, ਬਿਲਕੁਲ ਕੰਸੈਪਟ ਕਲੀਅਰ ਹੋ ਗਿਆ ਵੀ ਆਫ ਕਦੋਂ ਯੂਜ਼ ਕਰਦੇ ਹਾਂ, ਠੀਕ ਹੈ। ਆਲ ਅਤੇ ਹਾਫ ਦਾ ਇਹ ਚੱਕਰ ਹੈ ਵੀ ਜਾਂ ਤਾਂ ਇਹਨਾਂ ਦੇ ਨਾਲ ਡਾਇਰੈਕਟ ਨਾਮ ਆਏਗਾ ਕੋਈ ਨਾ ਕੋਈ, ਆਲ ਕਾਰਸ, ਹਾਫ ਬ੍ਰੈਡ। ਜੇਕਰ ਆਪਾਂ ਇਹ ਆਫ ਵਾਲਾ ਕੰਸੈਪਟ ਇਹਨਾਂ ਦੇ ਨਾਲ ਲਗਾਉਣਾ ਹੈ ਤਾਂ ਬਿਲਕੁਲ ਸਿੰਪਲ ਹੈ, ਆਲ ਆਫ ਦ ਕਾਰਸ। ਜੇਕਰ ਚਾਹੀਏ ਆਪਾਂ ਆਫ ਕੱਟ ਵੀ ਸਕਦੇ ਹਾਂ, ਆਲ ਦ ਕਾਰਸ, ਮਤਲਬ ਕਿ ਜਾਂ ਤਾਂ ਆਲ ਕਾਰਸ ਜਾਂ ਫਿਰ ਆਲ ਦ ਕਾਰਸ, ਆਲ ਆਫ ਦ ਕਾਰਸ, ਇਹਨਾਂ ਦੋਵਾਂ 'ਚ ਕੋਈ ਵੀ ਆ ਸਕਦਾ। ਇਸੇ ਤਰ੍ਹਾਂ ਹਾਫ ਹੈ, ਜਾਂ ਤਾਂ ਹਾਫ ਬ੍ਰੈਡ ਜਾਂ ਫਿਰ ਹਾਫ ਆਫ ਦ ਬ੍ਰੈਡ ਜਾਂ ਫਿਰ ਹਾਫ ਦਿਸ ਬ੍ਰੈਡ, ਮਤਲਬ ਕਿ ਹਾਫ ਆਫ ਦਿਸ ਬ੍ਰੈਡ ਜਾਂ ਫਿਰ ਹਾਫ ਦਿਸ ਬ੍ਰੈਡ। ਮੈਨੂੰ ਉਮੀਦ ਹੈ ਕਿ ਜੋ ਮੈਂ ਬੋਲ ਰਿਹਾ ਤੁਹਾਨੂੰ ਸਮਝ ਆ ਗਿਆ ਹੋਊਗਾ। ਬਾਰ ਬਾਰ ਸੁਣਿਓ, ਇੰਪੋਰਟੈਂਟ ਹੈ ਇਹ ਚੀਜ਼, ਆਲ ਅਤੇ ਹਾਫ ਦੇ ਨਾਲ ਆਪਾਂ ਆਫ ਕੱਟ ਵੀ ਸਕਦੇ ਹਾਂ, ਠੀਕ ਹੈ। ਕੰਪੇਅਰ, ਦੇਖੋ ਇੱਥੇ ਇੱਕ ਇਗਜ਼ਾਮਪਲ ਵੀ ਦਿੱਤੀ ਹੋਈ ਹੈ, ਆਪਾਂ ਉਵੇਂ ਮੱਥਾ ਮਾਰੀ ਜਾਂਦੇ ਅੱਗੇ। ਦੇਖੋ ਆਲ ਫਲਾਵਰਸ ਆਰ ਬਿਊਟੀਫੁੱਲ,
ਇਹ ਬਿਲਕੁਲ ਰਾਈਟ ਹੈ, ਆਲ ਦੇ ਨਾਲ ਡਾਇਰੈਕਟ ਫਲਾਵਰਸ ਨਾਉਨ ਆ ਗਿਆ, ਆਲ ਫਲਾਵਰਸ ਆਰ ਬਿਊਟੀਫੁੱਲ, ਜਾਂ ਫਿਰ ਆਪਾਂ ਕਹਿ ਸਕਦੇ ਹਾਂ ਆਲ ਆਫ ਦ ਫਲਾਵਰਸ ਇਨ ਦਿਸ ਗਾਰਡਨ ਆਰ ਬਿਊਟੀਫੁੱਲ, ਇੱਥੇ ਆਫ ਬ੍ਰੈਕਟ 'ਚ ਹੈ ਕਿਉਂਕਿ ਆਪਾਂ ਇਹ ਵੀ ਕਹਿ ਸਕਦੇ ਹਾਂ ਆਲ ਆਫ ਦ ਫਲਾਵਰਸ, ਜਾਂ ਫਿਰ ਕਹਿ ਸਕਦੇ ਹਾਂ ਆਲ ਦ ਫਲਾਵਰਸ ਇਨ ਦਿਸ ਗਾਰਡਨ ਆਰ ਬਿਊਟੀਫੁੱਲ। ਹੁਣ ਇਹਨਾਂ ਦੇ ਵਿੱਚ ਫਰਕ ਇਹ ਹੋ ਗਿਆ, ਜੇਕਰ ਆਪਾਂ ਕਹਿੰਦੇ ਹਾਂ ਆਲ ਫਲਾਵਰਸ ਆਰ ਬਿਊਟੀਫੁੱਲ, ਆਲ ਫਲਾਵਰਸ ਆਰ ਬਿਊਟੀਫੁੱਲ ਮਤਲਬ ਕਿ ਦੁਨੀਆ 'ਤੇ ਜਿੰਨੇ ਵੀ ਫੁੱਲ ਨੇ ਸਾਰੇ ਵਰਲਡ ਦੇ ਵਿੱਚ ਇਸ ਜਹਾਨ 'ਤੇ, ਤਾਂ ਸਾਰੇ ਫੁੱਲਾਂ ਦੀ ਗੱਲ ਕਰ ਰਹੇ ਹਾਂ, ਆਲ ਫਲਾਵਰਸ ਇਨ ਜਨਰਲ। ਜੇਕਰ ਆਪਾਂ ਕਹਿੰਦੇ ਹਾਂ ਆਲ ਆਫ ਦ ਫਲਾਵਰਸ ਇਨ ਦਿਸ ਗਾਰਡਨ ਆਰ ਬਿਊਟੀਫੁੱਲ, ਤਾਂ ਆਪਾਂ ਸਿਰਫ ਇਸ ਗਾਰਡਨ ਦੀ, ਜਿਸ ਗਾਰਡਨ ਦੇ ਵਿੱਚ ਖੜ੍ਹੇ ਹਾਂ, ਸਿਰਫ ਉਸ ਗਾਰਡਨ ਦੇ ਵਿੱਚ ਜੋ ਫੁੱਲ ਨੇ ਉਹਨਾਂ ਦੀ ਗੱਲ ਕਰ ਰਹੇ ਹਾਂ। ਇਨ ਦਿਸ ਗਾਰਡਨ ਜੇਕਰ ਆਪਾਂ ਨਹੀਂ ਵੀ ਲਗਾਉਂਦੇ, ਜੇਕਰ ਆਪਾਂ ਇਸ ਤਰ੍ਹਾਂ ਕਹਿ ਦਿੰਦੇ ਹਾਂ ਆਲ ਆਫ ਦ ਫਲਾਵਰਸ ਆਰ ਬਿਊਟੀਫੁੱਲ, ਆਲ ਆਫ ਦ ਫਲਾਵਰਸ ਆਰ ਬਿਊਟੀਫੁੱਲ, ਇਹਦਾ ਮਤਲਬ ਆਪਾਂ ਕਿਸੇ ਸਪੈਸ਼ਲ ਫੁੱਲਾਂ ਦੀ ਗੱਲ ਕਰ ਰਹੇ ਹਾਂ ਜੋ ਆਪਣੇ ਸਾਹਮਣੇ ਨੇ ਗੁਲਦਸਤੇ ਦੇ ਵਿੱਚ ਨੇ। ਜੇਕਰ ਆਪਾਂ ਕਹਿਤਾ ਆਲ ਫਲਾਵਰਸ ਆਰ ਬਿਊਟੀਫੁੱਲ, ਫਿਰ ਆਪਾਂ ਦੁਨੀਆ ਦੇ ਸਾਰੇ ਸ੍ਰਿਸ਼ਟੀ ਦੇ ਫਲਾਵਰਸ ਦੇ ਬਾਰੇ ਗੱਲ ਕਰ ਰਹੇ ਹਾਂ। ਤਾਂ ਇਸ ਨੂੰ ਬਸ ਆਹ ਯਾਦ ਰੱਖਣਾ, ਆਲ ਆਫ ਦਾ ਫਲਾਵਰਸ ਵੀ ਕਹਿ ਸਕਦੇ ਹਾਂ, ਆਲ ਦ ਫਲਾਵਰਸ ਵੀ ਕਹਿ ਸਕਦੇ ਹਾਂ। ਬਸ ਇਹ ਇਹਨਾਂ ਦਾ ਏ ਅਤੇ ਬੀ ਦਾ ਝੰਝਟ ਹੈ ਜਿਹੜਾ ਇਹ ਖਤਮ ਹੋਇਆ। ਆਈ ਹੋਪ ਕਿ ਤੁਸੀਂ ਸਮਝ ਗਏ ਹੋਵੋਗੇ, ਬਿਲਕੁਲ ਆਸਾਨ ਰੂਲ ਨੇ। ਹੁਣ ਆ ਜਾਓ ਸੀ 'ਤੇ, ਸੀ ਅਤੇ ਡੀ ਬਿਲਕੁਲ ਆਸਾਨ ਹੈ। ਸੀ ਦੇ ਵਿੱਚ ਕੀ ਦੇਖੋ, ਸੀ ਦੇ ਵਿੱਚ ਕੀ ਦੱਸਿਆ, ਯੂ ਕੈਨ ਯੂਜ਼ ਆਲ ਆਫ, ਸਮ ਆਫ, ਨਨ ਆਫ, ਹਾਫ ਆਫ, ਮੈਨੀ ਆਫ, ਐਕਸੈਟਰਾ, ਮਤਲਬ ਸਾਰੇ, ਇਹਨਾਂ ਸਾਰਿਆਂ ਦੇ ਨਾਲ ਆਫ, ਆਲ ਆਫ, ਸਮ ਆਫ, ਐਨੀ ਆਫ, ਆਪਾਂ ਇਹਨਾਂ ਨਾਲ ਆਫ ਦਾ ਯੂਜ਼ ਕਰ ਸਕਦੇ ਹਾਂ। ਪਲੱਸ ਉਸ ਤੋਂ ਬਾਅਦ, ਵੈਸੇ ਤਾਂ ਤੁਹਾਨੂੰ ਉੱਪਰ ਦੱਸਿਆ ਵੀ ਜਦੋਂ ਆਪਾਂ ਇਹਨਾਂ ਦੇ ਨਾਲ ਆਫ ਦਾ ਯੂਜ਼ ਕਰਦੇ ਹਾਂ, ਉਸ ਤੋਂ ਬਾਅਦ ਆਪਾਂ ਦ, ਦਿਸ, ਦੈਟ, ਦੀਜ, ਦੋਜ਼, ਮਾਈ, ਹਿਜ, ਯੋਰ, ਹਰ, ਆਪਾਂ ਇਹਨਾਂ ਦਾ ਯੂਜ਼ ਕਰਦੇ ਹਾਂ, ਫਿਰ ਉਸ ਤੋਂ ਬਾਅਦ ਕਿਸੇ ਨਾਮ ਦਾ ਯੂਜ਼ ਕਰਦੇ ਹਾਂ, ਹੈ ਨਾ। ਬਟ ਜਿਹੜਾ ਇਹ ਰੂਲ ਹੈ ਆਲ ਆਫ, ਸਮ ਆਫ, ਇਹਨਾਂ ਦੇ ਨਾਲ ਆਫ ਤੋਂ ਬਾਅਦ, ਤੁਰੰਤ ਬਾਅਦ, ਕਈ ਵਾਰ ਕੀ ਹੁੰਦਾ ਕੋਈ ਵੀ ਨਾਮ ਨਹੀਂ ਹੁੰਦਾ, ਕੋਈ ਨਾਮ ਨਹੀਂ ਹੁੰਦਾ, ਪ੍ਰਨਾਉਨ ਹੋਣਗੇ, ਓਬਜੈਕਟਿਵ ਪ੍ਰਨਾਉਨ, ਸਿਰਫ ਚਾਰ, ਸਿਰਫ ਚਾਰ ਯਾਦ ਰੱਖਣੇ ਨੇ। ਦੇਖੋ ਤੁਸੀਂ ਨੇ, ਬਿਲਕੁਲ ਆਸਾਨ ਹੈ, ਇਟ, ਅਸ, ਯੂ, ਦੈਮ, ਇਟ, ਅਸ, ਯੂ, ਦੈਮ, ਇਟ, ਅਸ, ਯੂ, ਦੈਮ, ਇਹ ਆਪਾਂ ਇਹਨਾਂ ਤੋਂ ਤੁਰੰਤ ਬਾਅਦ ਲਗਾ ਸਕਦੇ ਹਾਂ, ਆਫ ਤੋਂ ਤੁਰੰਤ ਬਾਅਦ। ਜਿਸ ਤਰ੍ਹਾਂ ਦੇਖੋ, ਆਲ ਆਫ ਇਟ, ਆਲ ਆਫ ਅਸ, ਆਲ ਆਫ ਯੂ, ਆਲ ਆਫ ਦੈਮ, ਇਸੇ ਤਰ੍ਹਾਂ ਸਮ ਹੈ, ਸਮ ਆਫ ਇਟ, ਸਮ ਆਫ ਅਸ, ਸਮ ਆਫ ਯੂ, ਸਮ ਆਫ ਦੈਮ, ਇਸੇ ਤਰ੍ਹਾਂ ਨਨ ਆਫ ਅਸ, ਨਨ ਆਫ ਯੂ, ਨਨ ਆਫ ਦੈਮ, ਹਾਫ ਆਫ ਇਟ, ਹਾਫ ਆਫ ਦੈਮ, ਠੀਕ ਹੈ, ਹਾਫ ਆਫ ਅਸ, ਇਸ ਤਰ੍ਹਾਂ। ਆਈ ਹੋਪ ਕਿ ਸਮਝ ਗਏ। ਦੇਖੋ ਲਿਖਿਆ ਹੀ ਪਿਆ, ਆਲ ਆਫ ਅਸ, ਆਲ ਆਫ ਯੂ, ਹਾਫ ਆਫ ਇਟ, ਨਨ ਆਫ ਦੈਮ, ਠੀਕ ਹੈ, ਇਸ ਤਰ੍ਹਾਂ। ਯੂ ਨੀਡ, ਦੇਖੋ ਯੂ ਨੀਡ ਆਫ ਬਿਫੋਰ ਇਟ, ਯੂ ਨੀਡ ਆਫ, ਤੁਹਾਨੂੰ ਆਫ ਦੀ ਜ਼ਰੂਰਤ ਪਏਗੀ, ਬਿਫੋਰ ਇਟ, ਅਸ, ਯੂ, ਦੈਮ, ਮਤਲਬ ਕਿ ਜਦੋਂ ਆਪਾਂ ਆਲ ਤੋਂ ਬਾਅਦ, ਇਹਨਾਂ ਸਾਰਿਆਂ ਤੋਂ ਬਾਅਦ, ਆਲ, ਅਸ, ਇਹਨਾਂ ਸਾਰਿਆਂ ਤੋਂ ਬਾਅਦ, ਆਲ, ਸਮ, ਐਨੀ, ਮੋਸਟ, ਇਹਨਾਂ ਤੋਂ ਬਾਅਦ ਆਪਾਂ ਇਟ, ਅਸ, ਯੂ, ਦੈਮ, ਸਿਰਫ ਚਾਰ ਨੇ, ਜਦੋਂ ਇਹ ਲਗਾਵਾਂਗੇ, ਬਸ ਉਸ ਤੋਂ ਪਹਿਲਾਂ ਆਫ ਦਾ ਯੂਜ਼ ਆਪਾਂ ਨੇ ਕਰਨਾ, ਸਿਰਫ ਡਾਇਰੈਕਟ। ਦੇਖੋ, ਆਲ ਆਫ ਅਸ ਵਰ ਲੇਟ, ਆਲ ਆਫ ਅਸ ਵਰ ਲੇਟ, ਮਤਲਬ ਸਾਡੇ 'ਚੋਂ ਅਸੀਂ ਸਾਰੇ, ਕਹਿੰਦਾ, ਲੇਟ ਸੀਗੇ, ਨੋਟ ਆਲ ਅਸ, ਡਾਇਰੈਕਟ ਆਪਾਂ ਆਲ ਅਸ ਨਹੀਂ ਕਹਾਂਗੇ, ਆਲ ਆਫ ਅਸ। ਇਸ ਤਰ੍ਹਾਂ ਆਈ ਹੈਵਨਟ ਫਿਨਿਸ਼ਡ ਦ ਬੁੱਕ ਯੈਟ, ਹਾਲੇ ਕਹਿੰਦਾ ਮੈਂ ਜਿਹੜੀ ਬੁੱਕ ਹੈ ਉਹ ਫਿਨਿਸ਼ ਨਹੀਂ ਕੀਤੀ, ਆਈ ਹੈਵ ਓਨਲੀ ਰੀਡ ਹਾਫ ਆਫ ਇਟ, ਮੈਂ ਹਜੇ ਸਿਰਫ ਇਸ ਬੁੱਕ ਦਾ ਅੱਧਾ ਹੀ ਪੜ੍ਹਿਆ, ਅੱਧੀ ਬੁੱਕ ਪੜ੍ਹੀ ਹੈ ਸਿਰਫ ਮੈਂ, ਆਪਾਂ ਹਾਫ ਇਟ ਨਹੀਂ ਕਹਾਂਗੇ ਡਾਇਰੈਕਟ, ਹਾਫ ਆਫ ਇਟ ਕਹਾਂਗੇ। ਇਹ ਕੰਸੈਪਟ ਬਿਲਕੁਲ ਕਲੀਅਰ ਹੈ, ਆਈ ਹੋਪ ਕਿ ਹੋ ਗਿਆ ਹੋਊਗਾ, ਬਸ ਇੰਨਾ ਕੀ ਹੈ, ਠੀਕ ਹੈ।
ਇਟ ਅਸ ਯੂ ਦੈਮ ਬੈਸ ਜਦੋਂ ਇਹ ਲਗਾਵਾਂਗੇ ਆਪਾਂ ਇਹਨਾਂ ਤੋਂ ਪਹਿਲਾਂ ਤਾਂ ਉਸ ਦੇ ਵਿਚਾਲੇ ਆਪਾਂ ਔਫ ਦਾ ਯੂਜ਼ ਕਰਨਾ। ਬਾਕੀ ਆਹ ਵਾਲਾ ਕੰਸੈਪਟ ਹੈ ਤੁਹਾਨੂੰ ਮੈਂ ਦੱਸੀ ਦਿੱਤਾ। ਡੀ 'ਤੇ ਆ ਜਾਓ, ਡੀ ਵੀ ਬਿਲਕੁਲ ਈਜ਼ੀ ਹੈ, ਡੀ ਇੱਕ ਨੌਲੇਜਫੁੱਲ ਚੀਜ਼ ਹੈ ਹੈ ਨਾ ਜਿਹੜੀ ਸਿੱਖਣ ਵਾਲੀ ਹੈ। ਦੇਖੋ, ਯੂ ਕੈਨ ਆਲਸੋ ਯੂਜ਼ ਸਮ ਮੋਸਟ ਐਕਸੈਟਰਾ ਅਲੋਨ ਵਿਦਆਊਟ ਅ ਨਾਊਨ। ਆਪਾਂ ਸਮ ਅਤੇ ਮੋਸਟ ਹੈ ਜਿਹੜਾ ਉਹਨਾਂ ਦਾ ਯੂਜ਼ ਇਕੱਲੇ ਵੀ ਕਰ ਸਕਦੇ ਹਾਂ। ਵੈਸੇ ਤਾਂ ਆਪਾਂ ਦੇਖੋ ਸਮ ਤੋਂ ਬਾਅਦ ਆਪਾਂ ਨੂੰ ਕੁਝ ਨਾ ਕੁਝ ਨਾਮ ਲਗਾਉਣਾ ਪਏਗਾ, ਸਮ ਬੁੱਕਸ ਜਾਂ ਫਿਰ ਸਮ ਆਫ ਦਾ ਬੁੱਕਸ ਹੈ ਨਾ ਇਸ ਤਰ੍ਹਾਂ, ਜਾਂ ਫਿਰ ਮੋਸਟ ਬੁੱਕਸ, ਮੋਸਟ ਕਾਰਸ, ਮੋਸਟ ਆਫ ਦਾ ਕਾਰਸ ਇਸ ਤਰ੍ਹਾਂ ਲਗਾਵਾਂਗੇ। ਬਟ ਆਪਾਂ ਇਹਨਾਂ ਤੋਂ ਬਾਅਦ ਜੇਕਰ ਕੋਈ ਵੀ ਨਾਮ ਨਾ ਵੀ ਲਗਾਈਏ ਫਿਰ ਵੀ ਮਤਲਬ ਕਿ ਸੈਂਟੈਂਸ ਸਹੀ ਹੋ ਜਾਂਦਾ। ਬਟ ਉਹ ਹੁੰਦਾ ਇੱਕ ਕੰਡੀਸ਼ਨ 'ਤੇ ਆ, ਜੇਕਰ ਆਪਾਂ ਪਹਿਲਾਂ ਤੋਂ ਕਿਸੇ ਨਾਮ ਦੀ ਚਰਚਾ ਕਰਦੇ ਆ ਰਹੇ ਹਾਂ ਅਤੇ ਬਾਅਦ ਦੇ ਵਿੱਚ ਆਪਾਂ ਨੂੰ ਓਬਵੀਅਸ ਹੁੰਦਾ ਕਿ ਉਸੇ ਨਾਮ ਦੀ ਚਰਚਾ ਕਰ ਰਹੇ ਹਾਂ, ਫਿਰ ਆਪਾਂ ਉਹ ਨਾਊਨ ਛੱਡ ਵੀ ਸਕਦੇ ਹਾਂ। ਆਪਾਂ ਪੰਜਾਬੀ ਦੇ ਵਿੱਚ ਕਿਸ ਤਰ੍ਹਾਂ ਗੱਲ ਕਰਦੇ ਹਾਂ ਉਹ ਵੀ ਮੈਂ ਦੱਸੂੰਗਾ। ਦੇਖੋ, ਜਿਸ ਤਰ੍ਹਾਂ ਆਪਾਂ ਕਹਿ ਰਹੇ ਹਾਂ ਸਮ ਕਾਰਸ ਹੈਵ ਫੋਰ ਡੋਰਸ, ਕਈ ਜਿਹੜੀਆਂ ਕਾਰਾਂ ਹੁੰਦੀਆਂ ਨੇ ਉਹਨਾਂ ਦੇ ਚਾਰ ਦਰਵਾਜ਼ੇ ਹੁੰਦੇ ਨੇ, ਠੀਕ ਹੈ। ਸਮ ਕਾਰਸ, ਦੇਖੋ ਸਮ ਦੇ ਨਾਲ ਕਾਰਸ ਲੱਗ ਗਿਆ, ਸਮ ਕਾਰਸ ਹੈਵ ਫੋਰ ਡੋਰਸ, ਕਈ ਕਾਰਾਂ ਦੇ ਚਾਰ ਦਰਵਾਜ਼ੇ ਹੁੰਦੇ ਨੇ, ਐਂਡ ਸਮ ਹੈਵ ਟੂ, ਅਤੇ ਕਈਆਂ ਦੇ ਦੋ ਹੁੰਦੇ ਨੇ। ਹੁਣ ਇੱਥੇ ਦੇਖੋ, ਆਪਾਂ ਸਮ ਤੋਂ ਬਾਅਦ ਦੁਬਾਰੇ ਆਪਾਂ ਨਾਊਨ ਦਾ ਯੂਜ਼ ਨਹੀਂ ਕੀਤਾ, ਕਾਰਸ ਨਹੀਂ ਕਿਹਾ। ਹਾਲਾਂਕਿ ਆਪਾਂ ਇਹ ਵੀ ਕਹਿ ਸਕਦੇ ਹਾਂ ਸਮ ਕਾਰਸ ਹੈਵ ਫੋਰ ਡੋਰਸ ਐਂਡ ਸਮ ਕਾਰਸ ਹੈਵ ਟੂ ਡੋਰਸ, ਇਸ ਤਰ੍ਹਾਂ ਵੀ ਕਹਿ ਸਕਦੇ ਹਾਂ, ਬਟ ਆਪਾਂ ਨੇ ਨਹੀਂ ਕਿਹਾ। ਆਪਾਂ ਨੇ ਕਿਉਂ ਨਹੀਂ ਕਿਹਾ? ਦੇਖੋ, ਜੇਕਰ ਆਪਾਂ ਇੱਥੇ ਵੀ ਕਾਰਸ ਲਗਾਵਾਂਗੇ ਤਾਂ ਪੰਜਾਬੀ ਦੇ ਵਿੱਚ ਮੰਨ ਲਓ ਆਪਾਂ ਐਵੇਂ ਕਹਿ ਰਹੇ ਹਾਂ, ਕਈ ਕਾਰਾਂ ਦੇ ਚਾਰ ਦਰਵਾਜ਼ੇ ਹੁੰਦੇ ਨੇ, ਕਈ ਕਾਰਾਂ ਦੇ ਦੋ ਦਰਵਾਜ਼ੇ ਹੁੰਦੇ ਨੇ, ਦੁਬਾਰੇ ਵੀ ਆਪਾਂ ਕਈ ਕਾਰਾਂ ਦੇ ਕਿਹਾ। ਬਟ ਆਪਾਂ ਜਦੋਂ ਪੰਜਾਬੀ 'ਚ ਬੋਲਦੇ ਹੁੰਦੇ ਹਾਂ, ਜੇਕਰ ਤੁਹਾਡੀ ਯਾਦ ਹੋਵੇ, ਆਪਾਂ ਦੇਖੋ ਇਸ ਤਰ੍ਹਾਂ ਕਹਿੰਦੇ ਹੁੰਦੇ ਹਾਂ, ਕਈ ਕਾਰਾਂ ਦੇ ਚਾਰ ਦਰਵਾਜ਼ੇ ਹੁੰਦੇ ਨੇ, ਕਈਆਂ ਦੇ ਦੋ ਹੁੰਦੇ ਨੇ। ਦੇਖੋ, ਕਈਆਂ ਦੇ ਦੋ ਹੁੰਦੇ ਨੇ, ਆਪਾਂ ਬਾਅਦ ਦੇ ਵਿੱਚ ਕਈ ਕਾਰ ਨਹੀਂ ਕਿਹਾ, ਕਾਰ ਆਪਾਂ ਪਹਿਲਾਂ ਕਹਿ ਚੁੱਕੇ ਕਿਉਂਕਿ ਕਾਰ ਦੀ ਗੱਲ ਚੱਲ ਰਹੀ ਹੈ। ਕਈ ਕਾਰਾਂ ਦੇ ਚਾਰ ਦਰਵਾਜ਼ੇ ਹੁੰਦੇ ਨੇ, ਕਈ ਕਾਰਾਂ ਦੇ ਚਾਰ ਦਰਵਾਜ਼ੇ ਹੁੰਦੇ ਨੇ, ਕਈਆਂ ਦੇ ਦੋ ਹੁੰਦੇ ਨੇ, ਤਾਂ ਇਹ ਉਹ ਕੰਸੈਪਟ ਹੈ, ਕਈਆਂ ਦੇ ਦੋ ਹੁੰਦੇ ਨੇ, ਸਮ ਹੈਵ ਟੂ। ਤਾਂ ਦੇਖੋ ਇੱਥੇ ਆਪਾਂ ਅਲੋਨ ਯੂਜ਼ ਕੀਤਾ ਵਿਦਆਊਟ ਨਾਊਨ। ਇਸੇ ਤਰ੍ਹਾਂ ਅਗਲਾ, ਅ ਫਿਊ ਆਫ ਦਾ ਸ਼ੋਪਸ ਵਰ ਓਪਨ, ਕਹਿੰਦਾ ਕੁਝ ਕੁ ਜਿਹੜੀਆਂ ਦੁਕਾਨਾਂ ਸੀਗੀਆਂ, ਫਿਊ ਫਿਊ ਹੁੰਦੇ ਨੇ ਕੁਝ ਕੁ, ਕੁਝ ਕੁ ਦੁਕਾਨਾਂ ਓਪਨ ਸੀਗੀਆਂ, ਬਟ ਮੋਸਟ ਆਫ ਦੈਮ ਵੀ ਕਹਿ ਸਕਦੇ ਹਾਂ, ਬਟ ਮੋਸਟ ਵਰ ਕਲੋਜ਼ਡ, ਇਕੱਲਾ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਮੋਸਟ ਵਰ ਕਲੋਜ਼ਡ, ਮਤਲਬ ਕਿ ਜਾਂ ਤਾਂ ਆਫ ਦੈਮ ਵਾਲਾ ਵੀ ਕੰਸੈਪਟ ਕਹਿ ਸਕਦੇ ਹਾਂ। ਇੱਥੇ ਵੀ ਇਹ ਗੱਲ ਆ ਗਈ ਕਿ ਕੁਝ ਕੁ ਦੁਕਾਨਾਂ ਖੁੱਲੀਆਂ ਸੀ ਪਰ ਜ਼ਿਆਦਾਤਰ ਬੰਦ ਸੀ, ਅੱਗੇ ਦੁਬਾਰੇ ਆਪਾਂ ਸ਼ੋਪਸ ਦਾ ਜਿਹੜਾ ਇੱਥੇ ਜ਼ਿਕਰ ਨਹੀਂ ਕੀਤਾ। ਤਾਂ ਇਸ ਤਰ੍ਹਾਂ ਆਪਾਂ ਅਲਾਉਣ ਵੀ ਯੂਜ਼ ਕਰ ਸਕਦੇ ਹਾਂ। ਸੋ ਦੇਖੋ, ਸਮਝਾਉਣ ਦੀ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦਾ ਹੁੰਦਾ, ਫਿਰ ਵੀ ਕਈ ਵਾਰ ਦਿਮਾਗ ਦੇ ਵਿੱਚ ਕੋਈ ਕਨਫਿਊਜ਼ਨ ਰਹਿ ਜਾਂਦੀ ਹੈ, ਤੁਸੀਂ ਇੱਕ ਵਾਰ ਦੁਬਾਰਾ ਸੁਣ ਲਿਆ ਕਰੋ, ਕਲੀਅਰ ਹੋ ਜੂਗਾ। ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਮੈਂ ਕੋਈ ਕਸਰ ਛੱਡਦਾ ਆਪਣੇ ਵੱਲੋਂ, ਹੈ ਨਾ। ਮੈਂ ਪੂਰੀ ਕੋਸ਼ਿਸ਼ ਕਰਦਾ ਕਿਉਂਕਿ ਮੈਂ ਤੁਹਾਡੇ ਦਿਮਾਗ ਨੂੰ ਸਮਝ ਕੇ ਚੱਲਦਾ ਕਿ ਹਾਂ, ਬੱਚਿਆਂ ਦੇ ਦਿਮਾਗ ਦੇ ਵਿੱਚ ਆਹ ਜਿਹੜਾ ਕੁਐਸਚਨ ਹੈ ਉਹ ਆ ਸਕਦਾ। ਤਾਂ ਕਰਕੇ ਮੈਂ ਪਹਿਲਾਂ ਹੀ ਵਾਰ ਵਾਰ ਰਿਪੀਟ ਕਰਦਾ। ਕਈ ਵਾਰ ਤਾਂ ਸਟੂਡੈਂਟਸ ਹੋ ਸਕਦਾ ਅੱਕ ਵੀ ਜਾਂਦੇ ਹੋਣ ਕਿ ਸਰ ਹਟਦੀ ਨਹੀਂ, ਕਿ ਗੱਲ ਵਾਰ ਰਿਪੀਟ ਕਰੀ ਜਾਂਦੇ ਨੇ, ਵੀਡੀਓ ਲੰਬੀ ਹੋ ਜਾਂਦੀ ਹੈ, ਹੈ ਨਾ। ਬਟ ਕੋਈ ਗੱਲ ਨਹੀਂ, ਤੁਹਾਡੇ ਲਈ ਹੈ ਤਾਂ ਕਿ ਚੰਗੀ ਤਰ੍ਹਾਂ ਸਮਝ ਆ ਜੇ। ਸੋ ਇਹ ਸਾਰੇ ਰੂਲਜ਼ ਆਪਣੀ ਨੋਟਬੁੱਕ ਦੇ ਉੱਪਰ ਤੁਸੀਂ ਨੇ ਚੰਗੀ ਤਰ੍ਹਾਂ ਸਮਝਣੇ ਨੇ ਅਤੇ ਲਿਖ ਲੈਣੇ ਨੇ ਨੋਟਬੁੱਕ ਦੇ ਉੱਪਰ ਲਿਖੇ ਬਿਨਾਂ ਤੁਹਾਨੂੰ ਚੰਗੀ ਤਰ੍ਹਾਂ ਸਮਝ ਜਿਹੜਾ ਉਹ ਨਹੀਂ ਆਏਗਾ, ਠੀਕ ਹੈ। ਇਸ ਤਰ੍ਹਾਂ ਨੋਟਬੁੱਕ ਆਪਣੇ ਕੋਲ ਰੱਖਿਆ ਕਰੋ। ਸੋ ਅੱਗੇ ਦੇਖੋ, ਆਪਾਂ ਆਪਣੀ ਇਸ ਯੂਨਿਟ ਦੀ ਜਿਹੜੀ ਐਕਸਰਸਾਈਜ਼ ਨੇ, ਅੱਗੇ ਆਪਾਂ ਉਹਨਾਂ ਬਾਰੇ ਗੱਲ ਕਰਦੇ ਹਾਂ, ਐਕਸਰਸਾਈਜ਼ ਨੇ ਜਿਹੜੀਆਂ ਉਹ ਹੱਲ ਕਰਦੇ ਹਾਂ। ਐਂਡ ਹੁਣ ਆਪਣੀ ਇਸ ਯੂਨਿਟ ਦੀ ਜਿਹੜੀ ਫਸਟ ਆਪਣੀ ਐਕਸਰਸਾਈਜ਼ ਹੈ, ਦੇਖੋ ਉਹ ਆਪਾਂ ਦੇਖਦੇ ਹਾਂ। ਫਸਟ ਐਕਸਰਸਾਈਜ਼ ਦੇ ਵਿੱਚ ਦੇਖੋ ਆਪਾਂ ਨੇ ਕੀ ਕਰਨਾ, ਸਭ ਤੋਂ ਪਹਿਲਾਂ ਤਾਂ ਪੜ੍ਹੋ। ਇਸ ਦੇ ਵਿੱਚ ਆਪਾਂ ਨੇ ਕਰਨਾ ਪੁੱਟ ਇਨ ਆਫ ਵੇਅਰ ਨੈਸੈਸਰੀ। ਦੇਖੋ, ਆਪਾਂ ਨੂੰ ਇਹ ਸੈਂਟੈਂਸ ਦਿੱਤੇ ਗਏ ਨੇ 10,
ਹਰ ਇੱਕ ਸੈਂਟੈਂਸ ਦੇ ਵਿੱਚ ਆਪਾਂ ਨੂੰ ਬਲੈਂਕ ਤੁਹਾਨੂੰ ਦਿਖਾਈ ਦੇ ਰਹੀ ਹੈ, ਖਾਲੀ ਜਗ੍ਹਾ, ਠੀਕ ਹੈ। ਉਸ ਖਾਲੀ ਜਗ੍ਹਾ ਦੇ ਵਿੱਚ ਕਹਿੰਦੇ ਜੇਕਰ ਤੁਹਾਨੂੰ ਲੱਗਦਾ ਨੈਸੈਸਰੀ ਲੱਗਦਾ ਤੁਹਾਨੂੰ, ਫਿਰ ਉੱਥੇ ਔਫ ਆ ਜਿਹੜਾ ਤੁਸੀਂ ਪੁੱਟ ਕਰੋ, ਠੀਕ ਹੈ। ਲੀਵ ਦਾ ਸਪੇਸ ਇੰਪਟੀ, ਸਪੇਸ ਨੂੰ ਖਾਲੀ ਛੱਡ ਦਿਓ ਇਫ ਦਾ ਸੈਂਟੈਂਸ ਇਜ਼ ਆਲਰੇਡੀ ਕੰਪਲੀਟ। ਜੇਕਰ ਤੁਹਾਨੂੰ ਲੱਗਦਾ ਕਿ ਸੈਂਟੈਂਸ ਆਲਰੇਡੀ ਕੰਪਲੀਟ ਹੈ, ਫਿਰ ਤੁਸੀਂ ਉਹ ਸਪੇਸ ਹੈ ਜਿਹੜੀ ਉਸ ਨੂੰ ਖਾਲੀ ਛੱਡ ਦੇਵੋ। ਦੇਖੋ ਆਪਾਂ ਨੇ ਸਿਰਫ ਇਹ ਦੇਖਣਾ ਹੈ ਕਿ ਜਿੰਨੀਆਂ ਵੀ ਖਾਲੀ ਜਗ੍ਹਾਵਾਂ ਨੇ ਇਹਨਾਂ ਦੇ ਵਿੱਚ ਔਫ ਆਏਗਾ ਜਾਂ ਫਿਰ ਨਹੀਂ ਆਏਗਾ। ਬਿਲਕੁਲ ਸਿੰਪਲ ਹੈ, ਤੁਹਾਨੂੰ ਜਿਹੜੇ ਆਪਾਂ ਪਹਿਲਾਂ ਏ ਅਤੇ ਬੀ ਆਪਾਂ ਪੜ੍ਹੇ ਸੀ ਉਹ ਵਾਲੇ ਕੰਸੈਪਟ ਨੇ। ਤੁਸੀਂ ਦੇਖੋ ਕਿ ਜੇ ਤਾਂ ਜਿਹੜੀ ਖਾਲੀ ਜਗ੍ਹਾ, ਤੁਸੀਂ ਜਿੰਨੇ ਵੀ ਸੈਂਟੈਂਸ ਨੇ ਜੇਕਰ ਖਾਲੀ ਜਗ੍ਹਾ ਜਿੰਨਾਂ ਦੇ ਵਿੱਚ ਵੀ ਬਲੈਂਕ ਹੈ, ਬਲੈਂਕ ਤੋਂ ਪਹਿਲਾਂ ਜੇਕਰ ਤੁਸੀਂ ਦੇਖੋਗੇ ਉਸ ਦੇ ਵਿੱਚ ਨਾ ਆਪਣੇ ਉਹ ਵਾਲੇ ਸ਼ਬਦ ਨੇ, ਆਲ, ਐਨੀ, ਮੈਨੀ, ਮੋਸਟ, ਐਕਸੈਟਰਾ, ਫਿਊ, ਜਿੰਨੇ ਵੀ ਮਤਲਬ ਆਪਾਂ ਕੀਤੇ ਸੀ। ਜੇਕਰ ਖਾਲੀ ਜਗ੍ਹਾ ਤੋਂ ਪਹਿਲਾਂ, ਜਿਵੇਂ ਆਲ ਹੈ ਖਾਲੀ ਜਗ੍ਹਾ ਤੋਂ ਪਹਿਲਾਂ, ਆਲ, ਮੈਨੀ, ਮੈਨੀ, ਫਿਊ, ਮਤਲਬ ਉਹ ਸਾਰੇ ਉਹ ਸ਼ਬਦ ਨੇ। ਜੇਕਰ ਖਾਲੀ ਜਗ੍ਹਾ ਤੋਂ ਤੁਰੰਤ ਬਾਅਦ ਕੋਈ ਨਾਮ ਹੈ, ਨਾਊਨ ਹੈ, ਫਿਰ ਤਾਂ ਜਗ੍ਹਾ ਖਾਲੀ ਛੱਡੀ ਜਾਏਗੀ, ਕਿਉਂਕਿ ਆਪਾਂ ਤੁਰੰਤ ਬਾਅਦ ਨਾਊਨ ਹੈ ਜਿਹੜਾ ਇਹਨਾਂ ਦੇ ਨਾਲ ਆਪਾਂ ਯੂਜ਼ ਕਰ ਸਕਦੇ ਹਾਂ। ਜੇਕਰ ਉਸ ਤੋਂ ਤੁਰੰਤ ਬਾਅਦ ਪਹਿਲਾਂ ਦ ਆਉਂਦਾ, ਦਿਸ ਆਉਂਦਾ, ਹਿਜ ਆਉਂਦਾ, ਮਾਈ ਆਉਂਦਾ, ਦੀਜ਼ ਆਉਂਦਾ, ਮਤਲਬ ਇਸ ਤਰੀਕੇ ਨਾਲ ਮੈਂ ਦ, ਦਿਸ, ਦੈਟ, ਦੀਜ਼, ਦੋਜ਼, ਮਾਈ, ਉਸ ਤੋਂ ਬਾਅਦ ਫਿਰ ਪਲੱਸ ਨਾਮ ਆਉਂਦਾ, ਫਿਰ ਇੱਥੇ ਆਪਾਂ ਔਫ ਦਾ ਯੂਜ਼ ਹੈ ਜਿਹੜਾ ਉਹ ਆਪਾਂ ਕਰਾਂਗੇ, ਠੀਕ ਹੈ। ਫਿਰ ਆਪਾਂ ਔਫ ਦਾ ਯੂਜ਼ ਕਰਾਂਗੇ। ਔਰ ਅਗਲੀ ਗੱਲ ਤੁਹਾਨੂੰ ਪਤਾ ਹੀ ਹੈ ਲਾਸਟ 'ਤੇ, ਜਿਹੜਾ ਆਲ ਅਤੇ ਮੋਸਟ ਹੈ, ਆਲ ਅਤੇ ਮੋਸਟ ਦੇ ਨਾਲ ਆਪਾਂ ਇਫ, ਜਿਹੜਾ ਔਫ ਹੈ, ਸੋਰੀ, ਔਫ ਦਾ ਯੂਜ਼ ਆਪਾਂ ਕਰ ਵੀ ਸਕਦੇ ਹਾਂ ਅਤੇ ਆਪਾਂ ਔਫ ਦਾ ਯੂਜ਼ ਨਹੀਂ ਵੀ ਕਰ ਸਕਦੇ। ਮੋਸਟ ਨਹੀਂ, ਮੋਸਟ ਗਲਤ ਲਿਖ ਕੇ ਹਾਫ ਹੈ ਸ਼ਾਇਦ ਤੁਹਾਡੇ ਯਾਦ ਹੋਏਗਾ, ਹਾਫ। ਆਲ ਅਤੇ ਹਾਫ ਜਿਹੜਾ ਸ਼ਬਦ ਹੈ ਉਸ ਦੇ ਨਾਲ ਆਪਾਂ ਔਫ ਦਾ ਯੂਜ਼ ਕਰ ਵੀ ਸਕਦੇ ਹਾਂ, ਛੱਡ ਵੀ ਸਕਦੇ ਹਾਂ। ਮਤਲਬ ਸਿੰਪਲ ਹੈ, ਜੇਕਰ ਆਲ ਤੋਂ ਤੁਰੰਤ ਬਾਅਦ ਨਾਊਨ ਹੈ ਫਿਰ ਤਾਂ ਸਪੇਸ ਛੱਡਾਂਗੇ, ਫਿਰ ਤਾਂ ਔਫ ਆਏਗਾ ਹੀ ਨਹੀਂ। ਜੇਕਰ ਉਸ ਤੋਂ ਤੁਰੰਤ ਬਾਅਦ ਦਾ, ਦੀ, ਦਿਸ, ਦੋਜ਼, ਇਹ ਹੈ, ਉਸ ਤੋਂ ਬਾਅਦ ਨਾਮ ਹੈ, ਫਿਰ ਆਪਾਂ ਸਪੇਸ ਵੀ ਛੱਡ ਸਕਦੇ ਹਾਂ ਅਤੇ ਔਫ ਵੀ ਆਪਾਂ ਲਗਾ ਸਕਦੇ ਹਾਂ, ਕਿਉਂਕਿ ਤੁਹਾਨੂੰ ਪਤਾ ਮੈਂ ਤੁਹਾਨੂੰ ਦੱਸਿਆ ਆਲ ਵਾਲਾ ਕੰਸੈਪਟ। ਦੇਖੋ ਬਿਲਕੁਲ ਈਜ਼ੀ ਆ, ਫਸਟ ਦੇਖੋ, ਫਸਟ ਦੇ ਵਿੱਚ ਕਹਿ ਰਿਹਾ ਆਲ ਕਾਰਸ ਹੈਵ ਵੀਲਸ, ਸਾਰੀਆਂ ਕਾਰਾਂ ਦੇ ਵੀਲਸ ਹੁੰਦੇ ਨੇ। ਦੇਖੋ ਆਲ ਤੋਂ ਬਾਅਦ ਕੀ ਹੈ, ਤੁਰੰਤ ਬਾਅਦ ਕਾਰਸ ਹੈ, ਮਤਲਬ ਇਹਦਾ ਮਤਲਬ ਠੀਕ ਹੈ ਇੱਥੇ ਔਫ ਤਾਂ ਲਗਾ ਨਹੀਂ ਸਕਦੇ, ਕਿਉਂਕਿ ਤੁਹਾਨੂੰ ਪਹਿਲਾਂ ਹੀ ਮੈਂ ਦੱਸਿਆ ਕਿ ਆਲ ਤੋਂ, ਹੁਣ ਜੇਕਰ ਆਪਾਂ ਇੱਥੇ ਔਫ ਲਗਾ ਦਾਂਗੇ ਤਾਂ ਇਹ ਬਣ ਜਾਏਗਾ ਆਲ ਔਫ ਕਾਰਸ, ਤਾਂ ਆਲ ਔਫ ਕਾਰਸ ਆਪਾਂ ਨਹੀਂ ਲਿਖ ਸਕਦੇ। ਮੈਂ ਤੁਹਾਨੂੰ ਦੱਸਿਆ ਜੇਕਰ ਆਲ ਦੇ ਨਾਲ ਇੱਥੇ ਔਫ ਲੱਗੇਗਾ ਤਾਂ ਕਾਰਸ ਤੋਂ ਪਹਿਲਾਂ ਕੁਛ ਨਾ ਕੁਛ ਦ, ਦਿਸ, ਦੀਜ਼, ਦੋਜ਼ ਹੋਣਾ ਚਾਹੀਦਾ, ਹੈ ਨਾ। ਇਸੇ ਤਰ੍ਹਾਂ ਅਗਲਾ, ਨਨ ਦਿਸ ਮਨੀ ਇਜ਼ ਮਾਈਨ, ਵੀ ਇਸ ਪੈਸੇ ਦੇ ਵਿੱਚੋਂ ਮੇਰਾ ਕੁਝ ਵੀ ਨਹੀਂ ਹੈਗਾ। ਦੇਖੋ ਨਨ ਆ ਗਿਆ, ਇਹ ਆਲ, ਮੈਨੀ, ਇਹਨਾਂ ਸ਼ਬਦਾਂ ਦੇ ਵਿੱਚੋਂ ਹੀ ਆ ਗਿਆ ਨਨ। ਹੁਣ ਇਸ ਤੋਂ ਬਾਅਦ ਇੱਥੇ ਆਪਾਂ ਦੇਖਣਾ ਔਫ ਲਗਾਉਣਾ ਜਾਂ ਨਹੀਂ ਲਗਾਉਣਾ। ਦੇਖੋ ਨਨ ਤੋਂ ਬਾਅਦ ਖਾਲੀ ਜਗ੍ਹਾ ਤੋਂ ਬਾਅਦ ਦਿਸ ਹੈ, ਉਸ ਤੋਂ ਬਾਅਦ ਫਿਰ ਨਾਮ ਹੈ ਮਨੀ, ਇਹਦਾ ਮਤਲਬ ਦਿਸ ਆ ਗਿਆ, ਤਾਂ ਕਰਕੇ ਇੱਥੇ ਆਪਾਂ ਔਫ ਦਾ ਯੂਜ਼ ਹੈ ਜਿਹੜਾ ਉਹ ਆਪਾਂ ਕਰਾਂਗੇ। ਅਗਲਾ ਗਿਆ ਸਮ, ਸਮ ਤੋਂ ਬਾਅਦ ਫਿਲਮਸ ਹੈ, ਸਮ ਤੋਂ ਤੁਰੰਤ ਬਾਅਦ ਦੇਖੋ ਨਾਮ ਆ ਗਿਆ ਫਿਲਮਸ, ਇੱਥੇ ਆਪਾਂ ਔਫ ਦਾ ਯੂਜ਼ ਨਹੀਂ ਕਰਾਂਗੇ। ਸਮ ਫਿਲਮਸ ਆਰ ਵੈਰੀ ਵਾਇਲੈਂਟ, ਕਈ ਜਿਹੜੀ ਕਹਿਣਾ ਕੁਝ ਫਿਲਮਾਂ ਨੇ ਬਹੁਤ ਜ਼ਿਆਦਾ ਵਾਇਲੈਂਟ ਨੇ। ਬਟ ਅਗਲਾ ਦੇਖੋ ਸਮ ਦ ਫਿਲਮਸ, ਦੇਖੋ ਫਿਲਮਸ ਤੋਂ ਪਹਿਲਾਂ ਇੱਥੇ ਦ ਆ ਗਿਆ, ਇਹਦਾ ਮਤਲਬ ਇੱਥੇ ਆਪਾਂ ਔਫ ਦਾ ਯੂਜ਼ ਕਰਾਂਗੇ। ਆਈ ਹੋਪ ਕਿ ਸਾਰਿਆਂ ਨੂੰ ਬਿਲਕੁਲ ਈਜ਼ੀ ਸਮਝ ਆ ਰਿਹਾ। ਸਮ ਆਫ ਦਾ ਫਿਲਮਸ ਆਈ ਹੈਵ ਸੀਨ, ਕੁਝ ਜਿਹੜੀਆਂ ਫਿਲਮਾਂ ਮੈਂ ਰੀਸੈਂਟਲੀ ਹੁਣੇ ਹੁਣੇ ਦੇਖੀਆਂ ਨੇ, ਹੈਵ ਬੀਨ ਵੈਰੀ ਵਾਇਲੈਂਸ, ਉਹਨਾਂ ਵਿੱਚ ਵਾਇਲੈਂਟ, ਸੋਰੀ, ਉਹ ਬਹੁਤ ਜ਼ਿਆਦਾ ਵਾਇਲੈਂਟ ਨੇ, ਵੀ ਭੜਕਾਊ ਨੇ, ਲੋਕਾਂ ਨੂੰ ਭੜਕਾਉਂਦੀਆਂ ਨੇ। ਦੇਖੋ ਜੋ ਨੈਵਰ ਗੋਜ਼ ਟੂ ਮਿਊਜ਼ੀਅਮ, ਜਿਹੜਾ ਜੋ ਹੈ ਉਹ ਮਿਊਜ਼ੀਅਮ ਕਦੇ ਨਹੀਂ ਗਿਆ, ਹੀ ਸੇਜ਼, ਉਹ ਕਹਿੰਦਾ ਹੈ ਦੈਟ ਆਲ ਮਿਊਜ਼ੀਅਮ ਆਰ ਬੋਰਿੰਗ, ਕਹਿੰਦਾ ਸਾਰੇ ਮਿਊਜ਼ੀਅਮ ਨੇ ਜਿਹੜੇ ਬੋਰਿੰਗ ਨੇ। ਦੇਖੋ ਆਲ ਤੋਂ ਬਾਅਦ ਸਪੇਸ ਹੈ, ਤੁਰੰਤ ਬਾਅਦ ਕੀ ਹੈ, ਨਾਊਨ ਹੈ, ਤਾਂ ਇੱਥੇ ਖਾਲੀ ਜਗ੍ਹਾ ਆਪਾਂ ਛੱਡ ਦੇਵਾਂਗੇ।
ਛੇਵਾਂ, ਆਈ ਥਿੰਕ ਸਮ ਪੀਪਲ ਵਾਚ ਟੂ ਮੱਚ ਟੀ ਵੀ, ਕਹਿੰਦਾ ਕੁਝ ਲੋਕ ਮੈਨੂੰ ਲੱਗਦਾ ਬਹੁਤ ਜ਼ਿਆਦਾ ਟੀ ਵੀ ਦੇਖਦੇ ਨੇ। ਖਾਲੀ ਜਗ੍ਹਾ ਤੋਂ ਬਾਅਦ ਸਮ, ਸਮ ਤੋਂ ਖਾਲੀ ਜਗ੍ਹਾ ਤੋਂ ਬਾਅਦ ਪੀਪਲ, ਪੀਪਲ ਕੀ ਹੈ ਨਾਮ ਹੈ, ਤੁਰੰਤ ਬਾਅਦ ਨਾਉਣ ਹੈ ਤਾਂ ਖਾਲੀ ਜਗ੍ਹਾ ਛੱਡਾਂਗੇ। ਡੂ ਯੂ ਵਾਂਟ ਐਨੀ ਦੀਜ ਮੈਗਜ਼ੀਨਸ, ਕਹਿੰਦਾ ਕੀ ਤੁਸੀਂ ਇਹਨਾਂ ਇਹ ਮੈਗਜ਼ੀਨਸ ਚਾਹੁੰਦੇ ਹੋ ਕੁਝ। ਦੇਖੋ ਬਾਕੀ ਟਰਾਂਸਲੇਸ਼ਨ ਛੱਡੋ, ਤੁਸੀਂ ਐਨੀ ਤੋਂ ਬਾਅਦ ਖਾਲੀ ਜਗ੍ਹਾ, ਉਸ ਤੋਂ ਬਾਅਦ ਆ ਗਿਆ ਦੀਜ, ਉਸ ਤੋਂ ਬਾਅਦ ਫਿਰ ਨਾਉਣ ਹੈ, ਤਾਂ ਕਰਕੇ ਇੱਥੇ ਆਪਾਂ ਔਫ ਦਾ ਯੂਜ਼ ਕਰਾਂਗੇ। ਡੂ ਯੂ ਵਾਂਟ ਐਨੀ ਆਫ ਦੀਜ ਮੈਗਜ਼ੀਨਸ, ਕੀ ਤੁਸੀਂ ਇਹਨਾਂ ਮੈਗਜ਼ੀਨਸ ਵਿੱਚੋਂ ਕੋਈ ਮੈਗਜ਼ੀਨ ਹੈ ਜਿਹੜਾ ਤੁਸੀਂ ਚਾਹੁੰਦੇ ਹੋ? ਉਹ ਕਹਿੰਦਾ ਨੋ, ਆਈ ਹੈਵ ਫਿਨਿਸ਼ਡ ਵਿਦ ਦੈਮ, ਕਹਿੰਦਾ ਮੈਂ ਪੜ੍ਹ ਲਏ ਸਾਰੇ। ਅੱਠਵਾਂ, ਕੇਟ ਹੈਜ਼ ਲਿਵਡ ਇਨ ਲੰਡਨ, ਜਿਹੜੀ ਕੇਟ ਹੈ ਲੰਡਨ ਦੇ ਵਿੱਚ ਰਹਿ ਚੁੱਕੀ ਹੈ ਮੋਸਟ ਹਰ ਲਾਈਫ। ਦੇਖੋ ਮੋਸਟ ਆ ਗਿਆ, ਮੋਸਟ ਹਰ ਲਾਈਫ, ਜਿਹੜਾ ਲਾਈਫ ਹੈ ਇਹ ਹੈ ਨਾਮ, ਆ ਹਰ ਕੀ ਹੈ, ਇਹ ਹਰ ਉਹੀ ਹੋ ਗਿਆ ਜਿਵੇਂ ਮਾਈ, ਮੈਂ ਤੁਹਾਨੂੰ ਦੱਸਿਆ ਸੀ ਦੈਟ ਦੀਜ਼ ਦੋਜ਼ ਮਾਈ ਹਿਜ਼, ਤਾਂ ਇਹਦਾ ਮਤਲਬ ਇੱਥੇ ਕੀ ਆਏਗਾ, ਆਫ ਇੱਥੇ ਆਏਗਾ। ਨੌਵਾਂ, ਜੋ ਹੈਜ਼ ਲਿਵਡ ਇਨ ਸ਼ਿਕਾਗੋ, ਜਿਹੜਾ ਜੋ ਹੈ ਉਹ ਸ਼ਿਕਾਗੋ ਰਹਿ ਚੁੱਕਿਆ ਹੈ ਆਲ ਹਿਜ਼ ਲਾਈਫ। ਦੇਖੋ ਇੱਥੇ ਵੀ ਲਾਈਫ ਤੋਂ ਬਾਅਦ ਹਿਜ਼ ਆ ਗਿਆ, ਆਲ ਹਿਜ਼ ਲਾਈਫ, ਤਾਂ ਆਲ ਦੇ ਨਾਲ ਇੱਥੇ ਆਪਾਂ ਆਫ ਦਾ ਯੂਜ਼ ਕਰ ਵੀ ਸਕਦੇ ਹਾਂ, ਨਹੀਂ ਵੀ ਕਰ ਸਕਦੇ, ਉਹ ਤੁਹਾਡੀ ਇੱਛਾ, ਬੇਸ਼ੱਕ ਸਪੇਸ ਛੱਡ ਦਿਉ, ਹੈ ਨਾ ਸਪੇਸ। ਤਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਆਲ ਅਤੇ ਹਾਫ ਦੇ ਨਾਲ ਆਪਾਂ ਆਫ ਦਾ ਯੂਜ਼ ਕਰ ਵੀ ਸਕਦੇ, ਨਹੀਂ ਵੀ ਕਰ ਸਕਦੇ, ਜੇਕਰ ਇਸ ਤਰ੍ਹਾਂ ਹੋਵੇ ਤਾਂ ਸਪੇਸ ਉੱਥੇ ਆਪਾਂ ਛੱਡ ਸਕਦੇ ਹਾਂ। ਸਪੇਸ, ਪਹਿਲਾਂ ਮੈਂ ਆਈ ਥਿੰਕ ਸਪੇਸ ਬੋਲ ਗਿਆ, ਹੈ ਨਾ, ਕੋਈ ਗੱਲ ਨਹੀਂ, ਕੁਛ ਗਲਤ ਨਿਕਲ ਜਾਂਦਾ ਨਾ ਤਾਂ ਉਸ ਨੂੰ ਨੈਗੇਟਿਵ ਨਾ ਲਿਆ ਕਰੋ, ਸੋਚ ਲਿਆ ਕਰੋ ਕਿ ਹਾਂ ਚਲੋ ਗਲਤ, ਜ਼ੁਬਾਨ ਹੈ ਜਿਹੜੀ ਫਿਸਲ ਜਾਂਦੀ ਹੈ, ਕੋਈ ਪ੍ਰੋਬਲਮ ਨਹੀਂ, ਹੈ ਨਾ, ਇਸ ਦਾ ਕੋਈ ਭਰੋਸਾ ਨਹੀਂ ਕਦੋਂ ਕੀ ਨਿਕਲ ਜੇ, ਇਸ ਲਈ ਥੋੜ੍ਹਾ ਸਮ ਸੋਚ ਕੇ ਬੋਲਣਾ ਚਾਹੀਦਾ। ਚਲੋ ਸਪੇਸ ਅਤੇ ਸਪੇਸ 'ਚ ਦਾ ਸਰ ਗਿਆ, ਕੋਈ ਹੋਰ ਸ਼ਬਦ ਨਾਲ ਗਲਤ ਨਿਕਲ ਜੇ ਕਿਸੇ ਤੋਂ। ਦਸਵਾਂ ਦੇਖੋ, ਮੋਸਟ ਡੇਜ਼, ਦੇਖੋ ਮੋਸਟ ਤੋਂ ਬਾਅਦ ਤੁਰੰਤ ਬਾਅਦ ਡੇਜ਼ ਆ ਗਿਆ ਨਾਮ, ਇਹਦਾ ਮਤਲਬ ਇਸ ਨੂੰ ਸਪੇਸ ਆਪਾਂ ਛੱਡਾਂਗੇ। ਆਈ ਗੈਟ ਅਪ ਬਿਫੋਰ 7 o'clock, ਕਹਿੰਦਾ ਜ਼ਿਆਦਾਤਰ ਮੈਂ 7 o'clock ਤੋਂ ਪਹਿਲਾਂ ਮੈਂ ਉੱਠ ਖੜਦਾ। ਸੋ ਬਿਲਕੁਲ ਸਿੰਪਲ ਸੀ, ਇਹ ਤਾਂ ਆਫ ਜਾਂ ਤਾਂ ਲਗਾਉਣਾ ਜਾਂ ਨਹੀਂ ਲਗਾਉਣਾ, ਉਹ ਤੁਹਾਨੂੰ ਪਤੀ ਹੈ ਰੂਲਸ। ਸੋ ਇਹ ਸੀ ਆਪਣੀ ਇਸ ਯੂਨਿਟ ਦੀ ਆਪਣੀ ਐਕਸਰਸਾਈਜ਼ ਫਸਟ, ਐਂਡ ਅੱਗੇ ਹੁਣ ਆਪਣੀ ਇਸ ਯੂਨਿਟ ਦੀ ਆਪਾਂ ਲਾਸਟ ਜਿਹੜੀ ਆਪਣੀ ਐਕਸਰਸਾਈਜ਼ ਹੈ ਫੋਰਥ, ਉਹ ਆਪਾਂ ਕਰਾਂਗੇ। ਸੈਕਿੰਡ ਅਤੇ ਥਰਡ ਜਿਹੜੀ ਐਕਸਰਸਾਈਜ਼ ਹੈ ਉਹ ਤੁਸੀਂ ਛੱਡ ਸਕਦੇ ਹੋ, ਸੈਕਿੰਡ ਵਾਲੀ ਛੱਡ ਦੇਵੋ, ਅਤੇ ਜਿਹੜੀ ਥਰਡ ਐਕਸਰਸਾਈਜ਼ ਹੈ ਉਹ ਮੈਂ ਤੁਹਾਨੂੰ ਮਤਲਬ ਕਿ ਕਹਾਂਗਾ ਕਿ ਤੁਸੀਂ ਕਰਕੇ ਦੇਖੋ, ਖੁਦ ਕਰਕੇ ਦੇਖੋ, ਉਸ ਦੇ ਜਿਹੜੇ ਆਂਸਰ ਨੇ ਉਹ ਤੁਸੀਂ ਆਪਣੇ ਕੋਲੋਂ ਹੀ ਦੇਣੇ ਨੇ। ਇੰਟਰਸਟਿੰਗ ਹੈ, ਤੁਸੀਂ ਪਿੱਛੋਂ ਆਂਸਰ ਵੀ ਦੇਖ ਸਕਦੇ ਹੋ, ਆਂਸਰ ਲਗਾ ਕੇ ਉਸ ਤੋਂ ਬਾਅਦ ਤੁਸੀਂ ਉਸ ਨੂੰ ਦੇਖੋ, ਵੈਰੀਫਾਈ ਕਰੋ ਕਿ ਕਿਸ ਤਰ੍ਹਾਂ ਇਹ ਆਂਸਰ ਆਏ ਨੇ, ਬਿਲਕੁਲ ਤੁਸੀਂ ਈਜ਼ਲੀ ਉਸ ਨੂੰ ਕਰ ਸਕਦੇ ਹੋ। ਅਤੇ ਆਪਣੀ ਫੋਰਥ ਹੈ, ਫੋਰਥ ਦੇ ਵਿੱਚ ਹੁਣ ਕੀ ਕਰਨਾ, ਦੇਖੋ ਇਹ ਕਹਿ ਰਹੇ ਨੇ ਕੰਪਲੀਟ ਦਾ ਸੈਂਟੈਂਸ, ਜਿਹੜੇ ਇਹ ਸੈਂਟੈਂਸ ਨੇ ਇਹਨਾਂ ਨੂੰ ਕੰਪਲੀਟ ਕਰੋ, ਸਾਰੇ ਜਿਹੜੇ ਸੈਂਟੈਂਸ ਨੇ ਦੇਖੋ ਇਨਕੰਪਲੀਟ ਨੇ, ਹੈ ਨਾ, ਤੁਹਾਡੇ ਸਾਹਮਣੇ ਬਲੈਂਕਸ ਨੇ। ਹੁਣ ਬਲੈਂਕਸ ਕਿਸ ਤਰ੍ਹਾਂ ਨੇ, ਦੇਖੋ ਆਪਣੇ ਪੂਰੀਆਂ ਕਿਸ ਤਰ੍ਹਾਂ ਕਰਨੀਆਂ ਨੇ ਬਲੈਂਕਸ, ਦੇਖੋ ਤੁਸੀਂ ਕਹਿੰਦੇ ਕੀ ਯੂਜ਼ ਕਰਨਾ, ਯੂਜ਼ ਆਲ ਆਫ, ਸਮ ਆਫ, ਨਨ ਆਫ, ਆਪਾਂ ਇਹ 3 ਸ਼ਬਦ ਯੂਜ਼ ਕਰਨੇ ਨੇ, ਆਲ ਆਫ, ਸਮ ਆਫ, ਨਨ ਆਫ, ਅਤੇ ਇਹਨਾਂ ਦੇ ਨਾਲ ਪਲੱਸ ਆਪਾਂ ਐਡ ਕਰਨਾ ਇਟ, ਦੈਮ, ਅਸ। ਹੁਣ ਆਪਾਂ ਉਹ ਦੇਖਣਾ ਕਿੱਥੇ ਆਏਗਾ, ਮਤਲਬ ਕਿ ਦੇਖੋ ਆਲ ਆਫ ਇਟ, ਆਲ ਆਫ ਦੈਮ, ਆਲ ਆਫ ਅਸ, ਆਲ ਆਫ ਦੇ ਨਾਲ ਵੀ 3 ਆ ਸਕਦੇ ਨੇ, ਉਹ ਆਪਾਂ ਸੈਂਸ ਦੇ ਮੁਤਾਬਕ ਦੇਖਣਾ। ਸਮ ਆਫ ਦੇ ਨਾਲ ਵੀ 3 ਚੋਂ ਕੋਈ ਵੀ ਆ ਸਕਦਾ, ਨਨ ਆਫ ਦੇ ਨਾਲ ਵੀ 3 ਚੋਂ ਕੋਈ ਵੀ ਆ ਸਕਦਾ। ਹੁਣ ਆਪਾਂ ਨੂੰ ਪਤਾ ਕਿੱਦਾਂ ਚੱਲੇਗਾ ਕਿ ਇਹਨਾਂ 'ਚੋਂ ਕਿਵੇਂ ਆਏਗਾ, ਸਭ ਤੋਂ ਪਹਿਲਾਂ ਜਦੋਂ ਆਪਾਂ ਸੈਂਟੈਂਸ ਪੜ੍ਹਾਂਗੇ ਆਪਾਂ ਨੇ ਇਹ ਦੇਖਣਾ ਜਿਹੜੀ ਖਾਲੀ ਜਗ੍ਹਾ ਉਸ ਦੇ ਵਿੱਚ ਜਿਹੜਾ ਆਪਾਂ ਪੁੱਟ ਕਰਨਾ ਉਸ ਦੀ ਸੈਂਸ ਕੀ ਆਏਗੀ। ਦੇਖੋ ਆਲ ਆਫ ਦਾ ਮਤਲਬ ਹੁੰਦਾ ਸਾਰੇ, ਆਪਾਂ ਨੂੰ ਸੈਂਸ ਪਤਾ ਚੱਲ ਜਾਏਗੀ ਜੇਕਰ ਆਪਾਂ ਉਸ ਖਾਲੀ ਜਗ੍ਹਾ ਦੇ ਵਿੱਚ ਆਪਣੀ ਸੈਂਸ ਇਹ ਆਉਂਦੀ ਹੋਈ ਕਿ ਸਾਰੇ, ਆਪਾਂ ਸਾਰਿਆਂ ਦੀ ਗੱਲ ਕਰਨੀ ਹੈ ਕਿ ਸਾਰੇ, ਫਿਰ ਤਾਂ ਆਲ ਆਫ ਦਾ ਯੂਜ਼ ਕਰਨਾ। ਸਮ ਆਫ ਦਾ ਮਤਲਬ ਹੁੰਦਾ ਕੁਝ ਕੁ, ਐਂਡ ਨਨ ਆਫ ਦਾ ਮਤਲਬ ਹੁੰਦਾ
ਕੋਈ ਨਹੀਂ। ਉਸ ਤੋਂ ਬਾਅਦ ਇਹਨਾਂ ਨਾਲ ਜਿਹੜਾ ਆਪਾਂ ਯੂਜ਼ ਕਰਨਾ ਇਟ ਦੈਮ ਅਸ, ਉਹ ਆਪਾਂ ਇੱਧਰੋਂ ਦੇਖਾਂਗੇ ਸਬਜੈਕਟ ਕਿਸ ਦੀ ਗੱਲ ਹੋ ਰਹੀ ਹੈ। ਮੰਨ ਲਓ ਇੱਕ ਤੋਂ ਜ਼ਿਆਦਿਆਂ ਦੀ ਗੱਲ ਹੋ ਰਹੀ ਹੈ, ਆਪਾਂ ਉੱਥੇ ਦੈਮ ਲਗਾ ਸਕਦੇ ਹਾਂ। ਜੇ ਕੋਈ ਵੀ ਨਹੀਂ ਗੱਲ ਹੋ ਰਹੀ ਹੈ ਕਿਸੇ ਇੱਕ ਚੀਜ਼ ਦੀ ਗੱਲ ਹੋ ਰਹੀ ਹੈ, ਆਪਾਂ ਉੱਥੇ ਇਟ ਲਗਾ ਸਕਦੇ ਹਾਂ, ਜਾਂ ਮਤਲਬ ਆਪਣੀ ਗੱਲ ਹੋ ਰਹੀ ਹੈ, ਖੁਦ ਦੀ ਆਪਾਂ ਅਸ ਲਗਾ ਸਕਦੇ ਹਾਂ। ਠੀਕ ਹੈ, ਦੇਖੋ ਜਦੋਂ ਕਰਾਂਗੇ ਈਜ਼ਲੀ ਪਤਾ ਚੱਲ ਜੂ, ਬਿਲਕੁਲ ਈਜ਼ਲੀ। ਤੁਸੀਂ ਦੇਖੋ ਧਿਆਨ ਨਾਲ ਪੜ੍ਹੋ, ਪਹਿਲੇ ਦੇ ਵਿੱਚ ਇਹ ਕਹਿ ਰਿਹਾ ਕਹਿੰਦਾ ਦੀਜ਼ ਬੁੱਕਸ ਆਰ ਆਲ ਜੇਨਸ, ਉਦੋਂ ਬਾਅਦ 'ਚ ਫੁੱਲ ਸਟੋਪ ਆ ਗਿਆ। ਇਸ ਸਾਰੇ ਸੈਂਟੈਂਸ ਦਾ ਕੀ ਮਤਲਬ ਹੋਇਆ, ਕਹਿੰਦਾ ਜਿਹੜੀਆਂ ਇਹ ਕਿਤਾਬਾਂ ਨੇ ਆਰ ਆਲ ਜੇਨਸ, ਇਹ ਸਾਰੀਆਂ ਕਿਤਾਬਾਂ ਜੇਨ ਦੀਆਂ ਨੇ। ਮਤਲਬ ਕਿ ਸਮਝਦੇ ਹੋ ਨਾ, ਦੇਖੋ ਧਿਆਨ ਨਾਲ ਸਮਝੋ, ਇਹ ਸਾਰੀਆਂ ਕਿਤਾਬਾਂ ਕਿਹਦੀਆਂ ਨੇ, ਜੇਨ ਦੀਆਂ ਨੇ। ਆਪਾਂ ਕਿਸੇ ਨੂੰ ਦੱਸ ਰਹੇ ਹਾਂ, ਆਪਣੇ ਕਿਸੇ ਤੀਸਰੇ ਦੋਸਤ ਨੂੰ, ਵੀ ਸਾਰੀਆਂ ਕਿਤਾਬਾਂ ਜੇਨ ਦੀਆਂ ਨੇ ਇਹ। ਹੁਣ ਅੱਗੇ ਬਿਲੋਂਗ ਟੂ ਮੀ, ਬਿਲੋਂਗ ਟੂ ਮੀ ਮਤਲਬ ਕਿ ਆਪਾਂ ਕਹਿ ਰਹੇ ਹਾਂ ਕਿ ਮੇਰੀਆਂ। ਹੁਣ ਇੱਥੇ ਆਪਾਂ ਕਹਾਂਗੇ, ਦੇਖੋ ਆਪਾਂ ਕਹਿ ਰਹੇ ਹਾਂ ਇਹ ਸਾਰੀਆਂ ਕਿਤਾਬਾਂ ਜੇਨ ਦੀਆਂ ਨੇ, ਇਹਦਾ ਮਤਲਬ ਇੱਥੇ ਆਪਾਂ ਕਹਾਂਗੇ ਇਹਨਾਂ ਵਿੱਚੋਂ ਕੋਈ ਵੀ ਕਿਤਾਬ ਮੇਰੀ ਨਹੀਂ ਹੈਗੀ। ਮਤਲਬ ਕਿ ਕੋਈ ਨਹੀਂ, ਇਹਨਾਂ ਵਿੱਚੋਂ ਮੇਰੀ ਕਿਤਾਬ ਕੋਈ ਨਹੀਂ। ਤਾਂ ਆਪਾਂ ਨਨ ਆਫ ਤੋਂ ਸਟਾਰਟ ਕਰਾਂਗੇ, ਇੱਥੇ ਆਪਾਂ ਕਹਾਂਗੇ ਨਨ ਆਫ। ਹੁਣ ਨਨ ਆਫ ਦੇ ਨਾਲ ਹੁਣ ਆਪਾਂ ਇੱਥੇ ਆਪਣਾ ਜਿਹੜਾ ਅੱਗੇ ਓਬਜੈਕਟ ਹੈ, ਮਤਲਬ ਇਹ ਅੱਗੇ ਇਟ ਦੈਮ ਅਸ ਦੇ ਵਿੱਚੋਂ ਕਿਹੜਾ ਲਗਾਵਾਂਗੇ, ਗੱਲ ਹੋ ਰਹੀ ਹੈ ਕਿਤਾਬਾਂ ਦੀ, ਤਾਂ ਕਿਤਾਬ ਦਾ ਆਪਾਂ ਇੱਥੇ ਇਟ ਲਗਾ ਸਕਦੇ ਹਾਂ, ਨਨ ਆਫ ਇਟ। ਬਟ ਇੱਥੇ ਕਿਤਾਬ ਇੱਕ ਨਹੀਂ ਹੈਗੀ, ਇੱਕ ਤੋਂ ਜ਼ਿਆਦਾ ਨੇ ਬੁੱਕਸ, ਤਾਂ ਇੱਕ ਤੋਂ ਜ਼ਿਆਦਾ ਲਈ ਤਾਂ ਆਪਾਂ ਦੈਮ ਹੀ ਯੂਜ਼ ਕਰਾਂਗੇ। ਅਸ ਤਾਂ ਹੁੰਦਾ ਆਪਣਾ, ਹੈ ਨਾ, ਅਸੀਂ, ਅਸਤਾ ਹੁੰਦਾ ਅਸੀਂ। ਬਟ ਕਿਤਾਬਾਂ ਲਈ ਆਪਾਂ ਦੈਮ ਯੂਜ਼ ਕਰਾਂਗੇ, ਨਨ ਆਫ ਦੈਮ, ਵੀ ਇਹਨਾਂ ਵਿੱਚੋਂ, ਨਨ ਆਫ ਦੈਮ ਬਿਲੋਂਗ ਟੂ ਮੀ, ਇਹਨਾਂ ਵਿੱਚੋਂ ਕਿਤਾਬ ਮੇਰੀ ਕੋਈ ਵੀ ਨਹੀਂ ਹੈਗੀ। ਇਸ ਤਰ੍ਹਾਂ ਸਾਰਿਆਂ ਦਾ ਆਪਾਂ ਨੇ ਯੂਜ਼ ਕਰਨਾ। ਦੇਖੋ ਅਗਲਾ, ਦੇਖੋ ਸੈਕਿੰਡ, ਸਮਝ ਆ ਜੂ, ਕੋਈ ਐਡੀ ਵੱਡੀ ਗੱਲ ਨਹੀਂ ਹੈਗੀ। ਦੇਖੋ ਸੈਕਿੰਡ ਦੇ ਵਿੱਚ ਆਪਾਂ ਕਹਿ ਪਹਿਲਾਂ ਕੀ ਰਿਹਾ ਉਹ ਪਹਿਲਾਂ ਧਿਆਨ ਨਾਲ ਸੁਣੋ। ਆਪਾਂ ਕਿਸੇ ਨੂੰ ਕਹਿ ਰਹੇ ਹਾਂ ਹਾਓ ਮੈਨੀ ਆਫ ਦੀਜ਼ ਬੁੱਕਸ, ਠੀਕ ਹੈ, ਹਾਓ ਮੈਨੀ ਆਫ ਦੀਜ਼ ਬੁੱਕਸ ਹੈਵ ਯੂ ਰੀਡ, ਵੀ ਇਹਨਾਂ ਕਿਤਾਬਾਂ ਵਿੱਚੋਂ ਤੁਸੀਂ ਨੇ ਕਿੰਨੀਆਂ ਕਿਤਾਬਾਂ ਪੜ੍ਹ ਲਈਆਂ। ਮਤਲਬ ਇੱਕ ਤੋਂ ਜ਼ਿਆਦਾ ਕਿਤਾਬਾਂ ਪਈਆਂ ਨੇ, ਆਪਾਂ ਕਹਿ ਰਹੇ ਹਾਂ ਹਾਓ ਮੈਨੀ ਆਫ ਦੀਜ਼ ਬੁੱਕਸ ਹੈਵ ਯੂ ਰੀਡ, ਵੀ ਇਹਨਾਂ ਕਿਤਾਬਾਂ ਵਿੱਚੋਂ ਤੁਸੀਂ ਕਿੰਨੀਆਂ ਕਿਤਾਬਾਂ ਪੜ੍ਹ ਚੁੱਕੇ। ਫੁੱਲ ਸਟੋਪ ਆ ਗਿਆ, ਮਤਲਬ ਕਿ ਕੁਐਸਚਨ ਮਾਰਕ ਆ ਗਿਆ, ਤਾਂ ਅੱਗੇ ਹੁਣ ਉਹ ਕਹਿ ਰਿਹਾ ਇੱਥੇ ਡੈਸ਼ ਆ ਗਿਆ, ਇੱਥੇ ਫੁੱਲ ਸਟੋਪ ਦੁਬਾਰੇ, ਅੱਗੇ ਕਹਿ ਰਿਹਾ ਐਵਰੀਵਨ। ਐਵਰੀਵਨ ਦਾ ਮਤਲਬ ਕੀ ਹੁੰਦਾ, ਸਾਰੀਆਂ। ਇਹਦਾ ਮਤਲਬ ਇੱਥੇ ਆਪਾਂ ਹੁਣ ਕਹਿਣਾ ਹੈ ਵੀ ਮੈਂ ਇਹ ਸਾਰੀਆਂ ਕਿਤਾਬਾਂ ਪੜ੍ਹ ਲਈਆਂ, ਸਾਰੀਆਂ ਆਲ ਆਫ। ਹੁਣ ਆਲ ਆਫ, ਠੀਕ ਹੈ, ਆਲ ਆਫ। ਹੁਣ ਆਲ ਆਫ ਦੇ ਨਾਲ ਆਪਾਂ ਇੱਥੇ ਗੱਲ ਕੀ ਰਹੀ ਹੈ, ਆਪਾਂ ਸਾਰੀਆਂ ਕੀ ਕਹਿ ਰਹੇ ਹਾਂ, ਆਪਾਂ ਸਾਰੀਆਂ ਬੁੱਕਸ ਕਹਿ ਰਹੇ ਹਾਂ। ਦੇਖੋ ਹਾਓ ਮੈਨੀ ਆਫ ਦੀਜ਼ ਬੁੱਕਸ, ਇੱਥੇ ਕਿਤਾਬਾਂ ਦੀ ਗੱਲ ਹੋ ਰਹੀ ਹੈ, ਆਪਾਂ ਇੱਥੇ ਦਾ ਮਤਲਬ ਕਹਿ ਰਹੇ ਹਾਂ ਕਿ ਮੈਂ ਸਾਰੀਆਂ ਕਿਤਾਬਾਂ ਪੜ੍ਹ ਲਈਆਂ, ਠੀਕ ਹੈ। ਤਾਂ ਬੁੱਕਸ ਇੱਕ ਤੋਂ ਜ਼ਿਆਦਾ ਨੇ, ਤਾਂ ਇੱਥੇ ਵੀ ਦੈਮ ਆਏਗਾ, ਆਲ ਆਫ ਦੈਮ, ਸਾਰੀਆਂ ਪੜ੍ਹ ਲਈਆਂ। ਅਗਲਾ ਦੇਖੋ ਤੀਸਰਾ, ਵੀ ਆਲ ਗੋਟ ਵੈਟ। ਦੇਖੋ ਧਿਆਨ ਨਾਲ ਸੁਣਨਾ, ਕਹਿੰਦਾ ਅਸੀਂ ਸਾਰੇ ਭਿੱਜ ਗਏ, ਵੀ ਆਲ ਗੋਟ ਵੈਟ, ਅਸੀਂ ਸਾਰੇ ਭਿੱਜ ਗਏ ਇਨ ਦ ਰੇਨ, ਅਸੀਂ ਮੀਂਹ ਦੇ ਵਿੱਚ ਸਾਰੇ ਭਿੱਜ ਗਏ। ਬਿਕੋਜ਼, ਕਿਉਂਕਿ, ਹੁਣ ਇੱਥੇ ਡੈਸ਼ ਆ ਗਿਆ, ਕਿਉਂਕਿ ਡੈਸ਼, ਕਿਉਂਕਿ ਹੈਡ ਐਨ ਅਮਰੇਲਾ, ਹੈਡ ਐਨ ਅਮਰੇਲਾ ਦਾ ਮਤਲਬ ਕਿ ਕੋਲ ਛਤਰੀ ਸੀ, ਕੋਲ ਛਤਰੀ ਸੀ। ਹੁਣ ਦੇਖੋ, ਜੇਕਰ ਆਪਣੇ ਕੋਲ ਛਤਰੀ ਹੁੰਦੀ ਕਿਸੇ ਕੋਲ ਵੀ, ਇਹ ਮਤਲਬ ਕਹਿ ਰਹੇ ਨੇ ਵੀ ਅਸੀਂ ਸਾਰੇ, ਠੀਕ ਹੈ, ਅਸੀਂ ਸਾਰੇ, ਵੀ ਆਲ, ਕਹਿੰਦਾ ਅਸੀਂ ਸਾਰੇ ਭਿੱਜ ਗਏ, ਜੇਕਰ ਉਹਨਾਂ ਕੋਲ ਕਿਸੇ ਕੋਲ ਵੀ ਛਤਰੀ ਹੁੰਦੀ ਫਿਰ ਉਹ ਭਿੱਜਦੇ, ਫਿਰ ਉਹ ਨਹੀਂ ਭਿੱਜਣੇ ਸੀ, ਪਰ ਉਹ ਸਾਰੇ ਭਿੱਜ ਗਏ, ਇਹਦਾ ਮਤਲਬ ਉਹਨਾਂ ਕਿਸੇ ਕੋਲ ਵੀ ਛਤਰੀ ਨਹੀਂ ਸੀ, ਠੀਕ ਹੈ। ਇਹਦਾ ਮਤਲਬ ਇਹ ਖੁਦ ਕਹਿ ਰਿਹਾ, ਮਤਲਬ ਕਿ ਆਪਾਂ ਨਹੀਂ ਇਹ ਗੱਲ ਕਹਿ ਰਹੇ, ਇਹ ਸੈਂਟੈਂਸ ਉਹ ਖੁਦ ਬੋਲ ਰਹੇ ਨੇ ਕਿ ਸਾਡੇ ਕਿਸੇ ਕੋਲ ਵੀ ਛਤਰੀ ਨਹੀਂ ਸੀ, ਇਸ ਕਰਕੇ ਅਸੀਂ ਮੀਂਹ ਦੇ ਵਿੱਚ ਭਿੱਜ ਗਏ। ਤਾਂ ਉਹ ਕਹਿ ਰਿਹਾ ਵੀ ਆਲ ਗੋਟ ਵੈਟ ਇਨ ਦ ਰੇਨ, ਅਸੀਂ ਸਾਰੇ ਮੀਂਹ ਦੇ ਵਿੱਚ ਭਿੱਜ ਗਏ, ਬਿਕੋਜ਼ ਨਨ ਆਫ ਅਸ,
ਬਿਕੋਜ਼ ਨਨ ਆਫ ਅਸ ਹੈਡ ਐਨ ਅਮਰੀਲਾ, ਕਿਉਂਕਿ ਸਾਡੇ ਕਿਸੇ ਕੋਲ ਵੀ ਛਤਰੀ ਨਹੀਂ ਸੀ। ਨਨ ਆਫ ਮਤਲਬ ਕਿ ਕੋਈ ਨਹੀਂ, ਮਤਲਬ ਸਾਡੇ ਕਿਸੇ ਕੋਲ ਵੀ ਛਤਰੀ ਨਹੀਂ ਸੀ। ਜੇਕਰ ਆਪਾਂ ਇੱਥੇ ਇਹ ਕਹਿੰਦੇ ਵੀ ਆਲ ਗੋਟ ਵੈਟ ਇਨ ਦਾ ਰੇਨ, ਅਸੀਂ ਸਾਰੇ ਮੀਂਹ ਦੇ ਵਿੱਚ ਭਿੱਜ ਗਏ, ਬਿਕੋਜ਼ ਸਮ ਆਫ ਅਸ ਹੈਡ ਐਨ ਅਮਰੀਲਾ, ਕਿਉਂਕਿ ਸਾਡੇ ਕੁਝ ਕੁ ਦੇ ਕੋਲ ਛਤਰੀ ਸੀ। ਇਹਦਾ ਮਤਲਬ ਜਿਹੜੇ ਕੁਝ ਕੁ ਕੋਲ ਛਤਰੀ ਹੈਗੀ ਸੀ ਫਿਰ ਉਹ ਤਾਂ ਭਿੱਜਦੇ ਨਹੀਂ ਸੀ, ਫਿਰ ਇਹ ਵੀ ਆਲ ਕਾਹਤੋਂ ਕਹਿੰਦਾ ਵੀ ਅਸੀਂ ਸਾਰੇ ਭਿੱਜ ਗਏ। ਠੀਕ ਹੈ, ਤਾਂ ਕਰਕੇ ਨਨ ਆਫ ਅਸ ਵੀ ਸਾਡੇ ਕਿਸੇ ਕੋਲ ਵੀ ਛਤਰੀ ਨਹੀਂ ਸੀ। ਚੌਥਾ ਦੇਖੋ, ਸਮ ਆਫ ਦਿਸ ਮਨੀ ਇਜ਼ ਯੋਰਸ, ਦੇਖੋ ਹੁਣ ਪੈਸੇ ਪਏ ਨੇ, ਉਹਨਾਂ ਪੈਸਿਆਂ ਵਿੱਚੋਂ ਇਹ ਕਹਿ ਰਿਹਾ, ਕਹਿੰਦਾ ਸਮ ਆਫ ਦਿਸ ਮਨੀ ਇਜ਼ ਯੋਰਸ, ਵੀ ਇਹਨਾਂ ਪੈਸਿਆਂ ਵਿੱਚੋਂ ਕੁਝ ਕੁ ਪੈਸੇ ਤੁਹਾਡੇ ਨੇ, ਯੋਰਸ ਐਂਡ ਇਜ਼ ਮਾਈਨ, ਅਤੇ ਮੇਰੇ ਨੇ। ਇਹਦਾ ਮਤਲਬ ਕਹਿ ਰਿਹਾ, ਦੇਖੋ ਈਜ਼ਲੀ ਸਮਝ ਜਾਓਗੇ ਤੁਸੀਂ, ਵੀ ਇਹਨਾਂ ਪੈਸਿਆਂ ਵਿੱਚੋਂ ਕੁਝ ਕੁ ਪੈਸੇ ਤੁਹਾਡੇ ਨੇ, ਇਹਦਾ ਮਤਲਬ ਉਹ ਕਹਿਣਾ ਚਾਹ ਰਿਹਾ ਕਿ ਕੁਝ ਕੁ ਮੇਰੇ ਨੇ, ਇਹਦਾ ਮਤਲਬ ਕਹਿ ਰਿਹਾ ਸਮ ਆਫ ਦਿਸ ਮਨੀ ਇਜ਼ ਯੋਰਸ ਐਂਡ ਸਮ ਆਫ, ਐਂਡ ਸਮ ਆਫ ਕੀ ਪੈਸਿਆਂ ਦੀ ਗੱਲ ਕਰ ਰਿਹਾ ਹੈ ਨਾ, ਮਨੀ ਦੀ ਗੱਲ ਕਰ ਰਿਹਾ, ਮਨੀ ਐਂਡ ਸਮ ਆਫ ਇਟ, ਪੈਸੇ ਲਈ ਆਪਾਂ ਇਟ ਯੂਜ਼ ਕਰਾਂਗੇ, ਐਂਡ ਸਮ ਆਫ ਇਟ ਇਜ਼ ਮਾਈਨ। ਅੱਗੇ ਪੰਜਵਾਂ, ਆਈ ਆਸਕਡ ਸਮ ਪੀਪਲ ਫਾਰ ਡਾਇਰੈਕਸ਼ਨ, ਕਹਿੰਦਾ ਮੈਂ ਕੁਝ ਲੋਕਾਂ ਨੂੰ ਡਾਇਰੈਕਸ਼ਨ ਬਾਰੇ ਪੁੱਛਿਆ, ਮਤਲਬ ਕਿਸੇ ਤੋਂ ਦਿਸ਼ਾ ਪੁੱਛੀ, ਜਿਵੇਂ ਆਪਾਂ ਕਹਿੰਦੇ ਹੁੰਦੇ ਬਈ ਇਹ ਰਸਤਾ ਕਿੱਧਰ ਨੂੰ ਜਾਂਦਾ, ਹੈ ਨਾ। ਕਹਿੰਦਾ ਆਈ ਆਸਕਡ ਸਮ ਪੀਪਲ ਫੋਰ ਡਾਇਰੈਕਸ਼ਨ, ਮੈਂ ਕੁਝ ਲੋਕਾਂ ਤੋਂ ਰਸਤਾ ਪੁੱਛਿਆ, ਡਾਇਰੈਕਸ਼ਨ ਪੁੱਛੀ, ਬਟ ਦੇਖੋ ਇੱਕ ਗੱਲ ਧਿਆਨ ਨਾਲ ਸੁਣੋ, ਜਿੱਥੇ ਬਟ ਆ ਜਾਂਦਾ ਇਹਦਾ ਮਤਲਬ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਅੱਗੇ ਨੈਗੇਟਿਵ ਹੈ ਉਸਦੀ। ਨੈਗੇਟਿਵ ਕਿਵੇਂ, ਮੰਨ ਲਓ ਜਿਸ ਤਰ੍ਹਾਂ ਆਪਾਂ ਕਿਸੇ ਨਾਲ ਗੱਲ ਕਰ ਰਹੇ ਹਾਂ, ਵੈਸੇ ਆਪਾਂ ਨੂੰ ਕੋਈ ਆਪਣਾ ਦੋਸਤ ਦੱਸ ਰਿਹਾ ਕਿ ਯਾਰ ਮੈਂ ਰਾਮ ਕੋਲ ਪੈਸੇ ਮੰਗਣ ਗਿਆ ਸੀ, ਪਰ ਬਟ ਮਤਲਬ ਬਟ ਆ ਗਿਆ ਨਾ, ਪਰ ਜਿੱਥੇ ਪਰ ਆ ਜਾਂਦਾ ਆਪਾਂ ਆਪਣੇ ਆਪ ਸਮਝ ਗਏ ਵੀ ਇਹਦਾ ਮਤਲਬ ਜਾਂ ਤਾਂ ਰਾਮ ਕੋਲੋਂ ਹੈ ਨਹੀਂ ਸੀ ਜਾਂ ਉਸਨੇ ਦਿੱਤੇ ਨਹੀਂ, ਮਤਲਬ ਨੈਗੇਟਿਵ ਹੋ ਗਿਆ। ਇਹਦਾ ਮਤਲਬ ਇੱਥੇ ਇਹਦਾ ਮਤਲਬ ਨਿਕਲ ਕੇ ਆ ਰਿਹਾ, ਉਸਨੇ ਕਿਹਾ ਆਈ ਆਸਕਡ ਸਮ ਪੀਪਲ ਫੋਰ ਡਾਇਰੈਕਸ਼ਨ, ਮੈਂ ਕੁਝ ਲੋਕਾਂ ਤੋਂ ਰਸਤਾ ਪੁੱਛਿਆ, ਡਾਇਰੈਕਸ਼ਨ ਪੁੱਛੀ, ਬਟ ਡੈਸ਼ ਵਾਜ਼ ਏਬਲ ਟੂ ਹੈਲਪ ਮੀ, ਪਰ ਮੇਰੀ ਹੈਲਪ ਕਰਨ ਦੇ ਯੋਗ ਕੋਈ ਵੀ ਨਹੀਂ ਸੀ, ਪਰ ਕੋਈ ਵੀ ਮੇਰੀ ਹੈਲਪ ਨਹੀਂ ਕਰ ਸਕਿਆ, ਕੁੱਲ ਮਿਲਾ ਕੇ ਇਹ ਕਹਿ ਰਿਹਾ। ਤਾਂ ਕਰਕੇ ਇੱਥੇ ਹੈਗਾ ਨਨ ਆਫ, ਬਟ ਨਨ ਆਫ, ਹੁਣ ਨਨ ਆਫ ਕੀ ਆਏਗਾ, ਨਨ ਆਫ ਅਸ ਥੋੜ੍ਹੀ ਨਾ ਆਏਗਾ, ਵੀ ਮੈਂ ਲੋਕਾਂ ਤੋਂ ਰਸਤਾ ਪੁੱਛਿਆ, ਬਟ ਨਨ ਆਫ ਅਸ ਵਾਜ਼ ਏਬਲ ਟੂ ਹੈਲਪ ਮੀ, ਪਰ ਸਾਡੇ 'ਚੋਂ ਕੋਈ ਵੀ ਹੈਲਪ ਕਰਨ ਲਈ ਏਬਲ ਨਹੀਂ ਸੀ, ਯੋਗ ਨਹੀਂ ਸੀ, ਸਾਡੇ 'ਚੋਂ ਨਹੀਂ ਉਹਨਾਂ 'ਚੋਂ ਜਿਨ੍ਹਾਂ ਤੋਂ ਪੁੱਛਿਆ ਸੀਗਾ, ਉਹਨਾਂ ਦੀ ਗੱਲ ਹੋ ਰਹੀ ਹੈ। ਔਰ ਕੌਣ ਨੇ ਉਹ ਪੀਪਲ ਦੀ ਗੱਲ ਹੋ ਰਹੀ, ਇੱਕ ਤੋਂ ਜ਼ਿਆਦਾ ਲੋਕ ਨੇ, ਇੱਕ ਤੋਂ ਜ਼ਿਆਦਾ ਲੋਕ ਲਈ ਦੈਮ, ਬਟ ਨਨ ਆਫ ਦੈਮ ਵਾਜ਼ ਏਬਲ ਟੂ ਹੈਲਪ ਮੀ। ਹੈਗੇ ਛੇਵਾਂ, ਸ਼ੀ ਇਨਵੈਂਟਡ ਦ ਹੋਲ ਸਟੋਰੀ, ਇਨਵੈਂਟਡ ਹੁੰਦਾ ਮਨ ਘੜਿਤ, ਆਪਣੇ ਕੋਲੋਂ ਘੜਨਾ, ਤਿਆਰ ਕਰਨਾ। ਸ਼ੀ ਇਨਵੈਂਟਡ ਦਾ ਹੋਲ ਸਟੋਰੀ, ਹੋਲ ਹੁੰਦਾ ਪੂਰੀ, ਵੀ ਉਸਨੇ ਸਾਰੀ ਸਟੋਰੀ ਹੈ ਜਿਹੜੀ ਆਪਣੇ ਕੋਲੋਂ ਬਣਾਈ ਹੈ, ਫਰੋਮ ਬਿਗਨਿੰਗ ਟੂ ਐਂਡ, ਸ਼ੁਰੂ ਤੋਂ ਲੈ ਕੇ ਐਂਡ ਤੱਕ, ਫੁੱਲ ਸਟੋਪ ਆ ਗਿਆ। ਅੱਗੇ ਵਾਜ਼ ਟਰੂ, ਹੁਣ ਆਪਾਂ ਕੀ ਕਹਾਂਗੇ, ਟਰੂ ਹੁੰਦੀ ਹੈ ਸਹੀ, ਮਤਲਬ ਟਰੂ ਹੁੰਦੀ ਹੈ ਠੀਕ। ਹੁਣ ਇਹਦਾ ਮਤਲਬ ਇਹ ਸਟੋਰੀ ਟਰੂ ਹੈ, ਝੂਠੀ ਹੈ ਜਾਂ ਸੱਚੀ ਹੈ, ਟਰੂ ਮਤਲਬ ਕਿ ਸੱਚੀ, ਕਿਉਂਕਿ ਖੁਦ ਇੱਥੇ ਪਹਿਲਾਂ ਕਿਹਾ ਜਾ ਰਿਹਾ ਵੀ ਉਸ ਨੇ ਸਾਰੀ ਸਟੋਰੀ ਆਪਣੇ ਕੋਲੋਂ ਬਣਾਈ ਹੈ, ਸ਼ੁਰੂ ਤੋਂ ਲੈ ਕੇ ਐਂਡ ਤੱਕ, ਠੀਕ ਹੈ। ਅੱਗੇ ਆ ਗਿਆ ਵਾਜ਼ ਟਰੂ, ਇਹਦਾ ਮਤਲਬ ਉਹ ਸਟੋਰੀ ਟਰੂ ਨਹੀਂ ਹੈਗੀ, ਇਹਦਾ ਮਤਲਬ ਕੋਈ ਨਹੀਂ ਨਹੀਂ ਹੈਗਾ, ਨੈਗੇਟਿਵ ਹੈ, ਨਨ ਆਫ, ਇਹਦਾ ਮਤਲਬ ਆਊਗਾ ਇੱਥੇ ਨਨ ਆਫ। ਨਨ ਆਫ ਅੱਗੇ ਕੀ ਗੱਲ ਕਿਹਦੀ ਹੋ ਰਹੀ ਹੈ, ਸਟੋਰੀ ਦੀ ਗੱਲ ਹੋ ਰਹੀ ਹੈ, ਸਟੋਰੀ ਇੱਕ ਸਟੋਰੀ ਹੈ, ਇੱਕ ਸਟੋਰੀ ਹੈ, ਸਟੋਰੀ ਲਈ ਆਪਾਂ ਕੀ ਕਹਾਂਗੇ ਇੱਟ, ਇੱਟ, ਨਨ ਆਫ ਇੱਟ ਵਾਜ਼ ਟਰੂ, ਨਨ ਆਫ ਇੱਟ ਵਾਜ਼ ਟਰੂ, ਵੀ ਇਸ ਦੇ ਵਿੱਚ ਕੁਝ ਵੀ ਸੱਚਾਈ ਨਹੀਂ ਸੀਗੀ, ਨਨ ਆਫ ਇੱਟ ਵਾਜ਼ ਟਰੂ, ਵੀ ਇਸ ਸਟੋਰੀ 'ਚ ਕੋਈ ਸੱਚਾਈ ਨਹੀਂ ਸੀ, ਸਾਰੀ ਉਸਨੇ ਆਪਣੇ ਕੋਲੋਂ ਮਨ ਘੜਿਤ ਸੀਗੀ। ਸੱਤਵਾਂ, ਨੋਟ ਆਲ ਦਾ ਟੂਰਿਸਟਸ ਇਨ ਦਾ ਗਰੁੱਪ ਵਰ ਸਪੈਨਿਸ਼, ਵੀ ਸਾਡੇ ਗਰੁੱਪ ਦੇ ਵਿੱਚ ਜਿੰਨੇ ਟੂਰਿਸਟ ਸੀਗੇ
ਉਹਨਾਂ ਵਿੱਚੋਂ ਸਾਰੇ ਸਪੈਨਿਸ਼ ਨਹੀਂ ਸੀ, ਸਾਰੇ ਸਪੈਨਿਸ਼ ਨਹੀਂ ਸੀ, ਫੁੱਲ ਸਟੋਪ ਅੱਗੇ, ਵਰ ਫ੍ਰੈਂਚ। ਇਹਦਾ ਮਤਲਬ ਕਹਿ ਰਿਹਾ ਵੀ ਸਾਡੇ ਜਿਹੜੇ ਟੂਰਿਸਟ ਦਾ ਗਰੁੱਪ ਸੀ, ਸਾਡੇ ਗਰੁੱਪ ਦੇ ਵਿੱਚੋਂ ਸਾਰੇ ਜਿਹੜੇ ਟੂਰਿਸਟ ਸੀਗੇ ਉਹ ਸਪੈਨਿਸ਼ ਨਹੀਂ ਸੀਗੇ, ਉਹਨਾਂ ਵਿੱਚੋਂ ਕੁਝ ਫ੍ਰੈਂਚ ਵੀ ਸੀਗੇ। ਮਤਲਬ ਕਿ ਸਮ ਆਫ ਅੱਗੇ ਕੀ ਹੈ, ਟੂਰਿਸਟਸ ਦੀ ਗੱਲ ਹੋ ਰਹੀ ਹੈ, ਟੂਰਿਸਟ ਵਿਅਕਤੀ ਹੁੰਦੇ ਨੇ, ਸਮ ਆਫ ਦੈਮ ਵਰ ਫ੍ਰੈਂਚ, ਉਹਨਾਂ ਵਿੱਚੋਂ ਕੁਝ ਫ੍ਰੈਂਚ ਸੀਗੇ। ਅੱਠਵਾਂ, ਆਈ ਵਾਚਡ ਮੋਸਟ ਆਫ ਦਾ ਫਿਲਮ। ਇੱਥੇ ਇੱਕ ਫਿਲਮ ਦੀ ਗੱਲ ਹੋ ਰਹੀ ਹੈ, ਆਈ ਵਾਚਡ ਮੋਸਟ ਆਫ ਦਾ ਫਿਲਮ ਦਾ ਮਤਲਬ ਇਹ ਹੈ ਜਿੱਦਾਂ ਕਿ ਮੰਨ ਲਓ ਫਿਲਮ 3 ਘੰਟਿਆਂ ਦੀ ਹੈ, ਤਾਂ ਉਹ ਕਹਿਣਾ ਚਾਹ ਰਿਹਾ ਕਿ ਆਈ ਵਾਚਡ ਮੋਸਟ ਆਫ ਦਾ ਫਿਲਮ, ਵੀ ਇਸ ਫਿਲਮ ਦਾ ਜ਼ਿਆਦਾਤਰ ਪਾਰਟ ਮੈਂ ਮਤਲਬ ਕਿ ਦੇਖਿਆ, ਹੈ ਨਾ। ਜਿਵੇਂ 3 ਘੰਟਿਆਂ ਦੀ ਹੈ, ਮੰਨ ਲਓ ਮੈਂ 2-2.5 ਘੰਟੇ ਦੀ ਫਿਲਮ ਦੇਖ ਲਈ, ਹੈ ਨਾ। ਆਈ ਵਾਚਡ ਮੋਸਟ ਆਫ ਦਾ ਫਿਲਮ, ਠੀਕ ਹੈ, ਜ਼ਿਆਦਾ ਮੈਂ ਫਿਲਮ ਇਹ ਦੇਖ ਲਈ, ਬਟ ਨੋਟ ਡੈਸ਼, ਅੱਗੇ ਕਹਿ ਰਿਹਾ ਪਰ ਮੈਂ ਸਾਰੀ ਨਹੀਂ ਦੇਖੀ, ਮਤਲਬ ਕਿ ਬਟ ਨੋਟ ਆਲ ਆਫ ਇਟ, ਪਰ ਮੈਂ ਇਹ ਫਿਲਮ ਸਾਰੀ ਨਹੀਂ ਦੇਖੀ। ਦੇਖੋ ਬਿਲਕੁਲ ਈਜ਼ੀ ਹੈ, ਮੈਨੂੰ ਤਾਂ ਲੱਗਦਾ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਹੁਣ ਇਹ ਐਕਸਰਸਾਈਜ਼ ਆਪਾਂ ਕਰੀਏ, ਚੌਥੀ ਤੁਹਾਡੇ ਸਮਝ ਆ ਗਈ ਹੋਣੀ, ਇੱਥੇ ਸਭ ਪਹਿਲਾਂ ਲਿਖ ਵੀ ਦਿੱਤਾ ਵੀ ਆਲ ਆਫ ਜੇਕਰ ਸਾਰੇ ਇਹ ਸੈਂਸ ਆਉਂਦੀ ਹੋਵੇ, ਸਮ ਆਫ ਕੁਝ ਕੁ ਐਂਡ ਨਨ ਆਫ ਕੋਈ ਵੀ ਨਹੀਂ। ਅੱਗੇ ਜਿਹੜਾ ਆਪਾਂ ਲਗਾਉਣਾ, ਅਸ ਲਗਾਉਣਾ, ਦੈਮ ਲਗਾਉਣਾ, ਇਟ ਲਗਾਉਣਾ, ਉਹ ਆਪਾਂ ਇੱਧਰੋਂ ਜਿਸ ਚੀਜ਼ ਦੀ ਗੱਲ ਹੋ ਰਹੀ ਹੈ ਉਹ ਆਪਾਂ ਪਲਿਊਰਲ ਅਤੇ ਸਿੰਗੂਲਰ ਦੇ ਹਿਸਾਬ ਨਾਲ ਲਗਾ ਦੇਣਾ। ਬਿਲਕੁਲ ਹੀ ਆਸਾਨ ਹੈ, ਦੇਖੋ ਇਹ ਯੂਨਿਟ, ਕੋਈ ਐਡੀ ਖਾਸ ਗੱਲ ਨਹੀਂ ਹੈਗੀ। ਵੈਸੇ ਵੀ ਜੇਕਰ ਤੁਹਾਨੂੰ ਜਿਹੜੇ ਰੂਲਸ ਨੇ ਸ਼ੁਰੂ ਦੇ ਵਿੱਚ ਜੋ ਆਪਾਂ ਕਰਦੇ ਹੁੰਦੇ ਹਾਂ, ਜੇਕਰ ਤੁਹਾਡੇ ਚੰਗੀ ਤਰ੍ਹਾਂ ਯਾਦ ਹੋ ਜਾਂਦੇ ਨੇ, ਫਿਰ ਇਹ ਤੁਸੀਂ ਆਪਣੇ ਆਪ ਵੀ ਕਰਨ ਦੇ ਯੋਗ ਹੁੰਦੇ ਹੋ, ਬਿਲਕੁਲ ਈਜ਼ੀ ਹੈ। ਸੋ ਜੇਕਰ ਵੀਡੀਓ ਚੰਗੀ ਲੱਗੀ ਹੈ, ਯੂਨਿਟ ਸਾਰੀ ਸਮਝ ਆ ਗਈ, ਤਾਂ ਅੱਗੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ, ਤਾਂ ਕਿ ਜਿਹੜੇ ਬੱਚੇ ਪ੍ਰਾਈਵੇਟ ਘਰੇ ਬਹਿ ਕੇ ਪੜ੍ਹਦੇ ਨੇ, ਹੈ ਨਾ, ਕਾਲਜ ਦੇ ਵਿੱਚ ਨਹੀਂ ਜਾ ਪਾਉਂਦੇ ਕਿਤੇ, ਤਾਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਆਵੇ, ਉਹ ਬੱਚੇ ਵਧੀਆ ਨੰਬਰ ਲੈ ਕੇ ਪਾਸ ਹੋਣ। ਸੋ ਇਹ ਤੁਹਾਡਾ ਫਰਜ਼ ਹੈ ਕਿ ਅੱਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ। ਸੋ ਜੇਕਰ ਤੁਹਾਨੂੰ ਵਧੀਆ ਲੱਗੀ ਹੈ ਵੀਡੀਓ, ਦੇਖ ਰਹੇ ਨੇ ਜੋ ਵੀ ਜਿੰਨੇ ਵੀ ਆਪਣੇ ਸਟੂਡੈਂਟਸ, ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ। ਔਰ ਚੈਨਲ ਉੱਪਰ ਜੇਕਰ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ। ਸੋ ਮਿਲਦੇ ਹਾਂ ਅਗਲੀ ਵੀਡੀਓ ਲੈ ਕੇ, ਉਦੋਂ ਤੱਕ ਦਿਓ ਇਜਾਜ਼ਤ, ਥੈਂਕ ਯੂ ਸੋ ਮੱਚ।